ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਵੱਡਾ 247 ਤੇ ਮੇਰਾ ਨਾਮ ਹੈ ਗਰਨਦੀਪ ਤੇ ਅੱਜ ਆ ਸਾਡੀ ਹੈਗੀ ਮੈਥ ਦੀ ਕਲਾਸ ਤਾਂ ਜੀ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਆਪਾਂ ਦੱਸ ਦਈਏ ਅਸੀਂ ਜੀ ਪੰਜਾਬੀ ਚ ਆਪਾਂ ਮੈਥ ਪੜ੍ਹਾਉਂਦੇ ਆਂ ਪੰਜਾਬ ਵੱਡਾ 247 ਨਾਲ ਸੋਚ ਕੇ ਇਹ ਨਾ ਸੋਚਣ ਵੀ ਕੱਲੇ ਪੰਜਾਬ ਦੇ ਪੇਪਰਾਂ ਲਈ ਕਰਾਣੇ ਆਂ ਪੰਜਾਬ ਦੇ ਪ੍ਰੈਪਰਨ ਥੋੜੀ ਜਿਹੀ ਪ੍ਰਾਇੋਰਟੀ ਦੇਈਦੀ ਹੈ ਬਟ ਆਪ ਵੀ ਟੀਚ ਇਨ ਪੰਜਾਬੀ ਠੀਕ ਹੈ ਬਾਇਲਿੰਗੁਅਲ ਹੁੰਦਾ ਇੰਗਲਿਸ਼ ਪੰਜਾਬੀ ਹਿੰਦੀ ਰੈਂਜ ਹੋ ਜਾਂਦਾ ਤਾਂ ਜੀ ਮੈਂ ਪੜ੍ਹਾਉਂਦਾ ਹੁੰਦਾ ਜੀ ਸਵੇਰੇ 8 ਵਜੇ ਕਰੰਟ ਅਫੇਅਰਸ ਸੀਏ ਲ 4 pm ਤੱਕ ਕੀ ਆਪਾਂ ਪੜਾਈਦਾ ਆਪਾਂ ਪੜਾਈਦਾ ਹੈ ਮੈਥਸ ਪੜਾਈਦਾ ਅੱਜ ਕੱਲ ਆਪਾਂ ਮੈਂ ਕੋਈ ਕਛ ਦੱਸਿਆ ਆਪਾਂ ਪੰਜਾਬੀ 'ਚ ਪੜਾਈਦਾ ਫਿਰ ਵਿੱਚ ਕਿਉਂਕਿ ਪੰਜਾਬ ਦੇ ਪੇਪਰ ਹੁੰਦੇ ਨੇ ਆਪਾਂ ਥੋੜੀ ਜਿਹੀ ਪ੍ਰਾਇੋਰਟੀ ਰੱਖੀ ਦੀ ਤਾਂ ਅੱਜ ਕੱਲ ਦੀ ਪੀ ਟ੍ਰਿਪਲ ਐਸਬੀ ਜਿਹੜਾ ਪੀਪਲ ਐਸਬੀ ਕਲਰਕ ਦਾ ਜਿਹੜਾ ਪੇਪਰ ਹੈ ਆਪਾਂ ਉਹਦੀ ਤਿਆਰੀ ਕਰਾ ਰਹੇ ਆ ਆਪਾਂ ਸ਼ੁਰੂ ਕੀਤਾ ਹੋਇਆ ਦੀ 20 ਡੇਸ ਤੇ 20 ਐਕਸਪੈਕਟਿਡ ਪੇਪਰਸ ਕਿਉਂਕਿ ਦੇਖੋ ਪੇਪਰ ਦਾ ਪੈਟਰਨ ਸਾਨੂੰ ਹਜੇ ਤੱਕ ਪਤਾ ਨਹੀਂ ਆਪਾਂ ਪਿਛਲੇ ਪੈਟਰਨ ਨੂੰ ਲੈ ਕੇ ਚੱਲੇ ਆ ਤਾਂ ਪਿਛਲੇ ਸਾਲ ਕੀ ਸੀ ਪਿਛਲੇ ਸਾਲ ਦੀ 15 ਨੰਬਰ ਮੈਥ ਪਲੱਸ ਧਿਆਨ ਰੱਖ ਕੇ ਪਲੱਸ ਰੀਜ਼ਨਿੰਗ ਆਈ ਸੀ 15 ਨੰਬਰਾਂ ਦੀ ਮੈਥ ਪਲੱਸ ਰੀਜ਼ਨਿੰਗ ਆਈ ਸੀ ਤਾਂ ਜੀ ਉਹਦਾ ਉਹਨਾਂ ਔਖਾ ਪੇਪਰ ਆਇਆ ਵੀ ਨਹੀਂ ਸੀ ਪਿਛਲੀ ਵਾਰੀ ਤਾਂ ਜੀ ਉਹੋ ਜੇ ਆਪਾਂ ਸਵਾਲ ਕਰਾ ਰਹੇ ਆ ਆਪਾਂ ਜਿਆਦਾ ਕੱਬੇ ਗੱਬੇ ਸਵਾਲ ਕਰਾ ਕੇ ਤੁਹਾਨੂੰ ਡਰਾਉਣ ਦੀ ਲੋੜ ਨਹੀਂ ਅਸੀਂ ਉਹ ਜੇ ਹੈ ਨਹੀਂ ਵੀ ਤੁਸੀਂ ਤੁਹਾਨੂੰ ਟਫ ਪੇਪਰ ਟਫ ਟਫ ਜਿਹੇ ਸਵਾਲ ਕਰਾ ਦੇਣੇ ਬੱਚਿਆਂ ਨੂੰ ਲੱਗਣਾ ਵੀ ਮਾਸਟਰ ਤਾਂ ਬਸ ਇਹੀ ਹੈ ਇਹਦੀਓ ਕਲਾਸਾ ਲਾ ਕੇ ਫਾਇਦਾ ਹੈ ਮੈਂ ਬਾਕੀ ਮਰਜ਼ੀ ਤੁਹਾਡੀ ਹੈ ਦੇਖੋ ਆਪਾਂ ਤਾਂ ਕਹਿੰਦੇ ਨਹੀਂ ਮੈਂ ਤਾਂ ਇੱਕ ਥੋੜਾ ਜਿਹਾ ਇਹਨਾਂ ਦੇਖਿਆ ਵੀ ਬੱਚੇ ਨੂੰ ਉਹਨਾਂ ਕਰਾਓ ਵੀ ਜਿਹੜਾ ਜਿਹੜੀ ਚੀਜ਼ ਪੇਪਰ 'ਚ ਆਣਾ ਹੋਵੇ ਨਾ ਜ਼ਿਆਦਾ ਸੌਖਾ ਨਾ ਜ਼ਿਆਦਾ ਔਖਾ ਸੌਖਾ ਕਰਾ ਕੇ ਤੁਸੀਂ ਬੇਫਕੂ ਬਣਾ ਰਹੇ ਹੋ ਬੱਚੇ ਦਾ ਔਖਾ ਕਰਾ ਕੇ ਤੁਸੀਂ ਉਹਦੇ ਮਨ 'ਚ ਅਜੀਬ ਜਿਹਾ ਡਰ ਪਾ ਰਹੇ ਵੀ ਮੈਥੋਂ ਤਾਂ ਹੋ ਨਹੀਂ ਸਕਦਾ ਦੇਖੋ ਜੀ ਆਪਾਂ ਫਰੈਂਕ ਹੁਈਏ ਤਾਂ ਮੈਥ ਬੜਿਆਂ ਨੂੰ ਔਖੀ ਲੱਗਦੀ ਹੈ ਸਾਡੇ ਪੰਜਾਬ ਵਾਲੀ ਸਾਈਡ ਰੀਡਿੰਗ ਮੈਥ ਥੋੜੀ ਜਿਹੀ ਔਖੀ ਲੱਗਦੀ ਬੱਚਿਆਂ ਨੂੰ ਬਟ ਆਪਾਂ ਕਰਾਣੇ ਉਹਨਾਂ ਜਿਨ੍ਹਾਂ ਦੇ ਪੇਪਰ 'ਚ ਸਵਾਲ ਆਏ ਤੁਸੀਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਕੋਈ ਨਹੀਂ ਚਲੋ ਫਿਰ ਇੱਕ ਵਾਰੀ ਫਾਰ ਹੈ ਸਾਰੇ ਗਣੇ ਮਿਲ ਕੇ ਸੈਸ਼ਨ ਨੂੰ ਸ਼ੇਅਰ ਕਰ ਦੋ ਸ਼ੇਅਰ ਤੇ ਲਾਈਕ ਕਰ ਦੋ ਸਾਰੇ ਜਣੇ ਸੈਸ਼ਨ ਨੂੰ ਮਿਲ ਕੇ ਆਪਾਂ ਸ਼ੁਰੂ ਕਰਦੇ ਹਾਂ ਨਾ ਤਿੱਖੇ ਕੀ ਗੱਲਾਂ ਮਾਰਦੇ ਬੱਚੇ ਹਾਂਜੀ ਆਗੇ ਜੀ ਆਗੇ ਜੀ ਗੁੱਡ ਇਵਨਿੰਗ ਸਾਰਿਆਂ ਨੂੰ ਅਫੋ ਸਰ ਬੈਚ ਹੁਣ ਵੀ ਜੁਆਇਨ ਕਰ ਸਕਦੇ ਆ ਹਾਂਜੀ ਹਾਂਜੀ ਨਿਤਿਨ ਕੁਮਾਰ ਕਿਉਂ ਨਹੀਂ ਜੁਆਇਨ ਕਰ ਸਕਦੇ ਬਿਲਕੁਲ ਕਰ ਸਕਦੇ ਆ ਜੁਆਇਨ ਬੈਚ ਦਾ ਹਿਸਾਬ ਇਹੋ ਜਿਹਾ ਹੈ ਜੀ ਬੈਚ ਤੁਹਾਨੂੰ ਇੱਕ ਤੁਹਾਨੂੰ ਦੱਸ ਹੀ ਦੇਣਾ ਬੈਚ ਬਾਰੇ ਆਹ ਹੈ ਜੀ ਬੈਚ ਬਾਰੇ ਗੱਲ ਕੀਤੀ ਤਾਂ ਬੈਚ ਦੀ ਗੱਲ ਕਰੀਏ ਤਾਂ ਜੀ ਇਹ ਹੈ ਜੀ ਪੰਜਾਬ ਪੀ ਟ੍ਰਿਪਲ ਐਸਬੀ ਕਲਰਕ ਦਾ ਬੈਚ ਹੈ ਇਹ ਕੱਲ ਤੋਂ ਸ਼ੁਰੂ ਹੋਇਆ ਏ ਯਾਨੀ ਕਿ 16 ਨਵੰਬਰ ਤੋਂ ਸ਼ੁਰੂ ਹੋਇਆ ਜੀ ਇਹ ਬੈਚ ਤੇ ਇਹ ਬੈਚ ਹੈ ਕਿ ਇਹ ਬੈਚ ਜੀ ਹਰ ਟਾਪਿਕ ਦੀ ਪ੍ਰੋਪਰ ਕਲਾਸਿਸ ਹੋ ਰਹੀਆਂ ਰਿਕਾਰਡਡ ਕਲਾਸਿਸ ਮਿਲ ਜਾਣਗੇ ਮੰਨ ਲਓ ਤੁਸੀਂ ਕੋਈ ਮਿਸ ਕਰ ਛੱਡਦੇ ਹੋ ਤਾਂ ਜੇ ਇੱਕ ਦਿਨ ਬਾਅਦ ਤੁਹਾਡੇ ਐਪ ਤੇ ਤੁਹਾਡੇ ਕੋਲ ਰਿਕਾਰਡਡ ਕਲਾਸਿਸ ਆ ਜਾਣੀਆਂ ਤੇ ਇਹ ਤੁਸੀਂ ਇਹ ਵੈਸੇ ਜੀ 8000 ਦਾ ਤੁਸੀਂ ਦੇਖ ਸਕਦੇ ਹੋ ਤੇ 7999 ਲਿਖਿਆ ਬਟ ਇੱਕ ਕੋਡ ਹੈ Y383 ਲਾ ਕੇ ਇਹ ਤੋਂ ਜੀ ਤੁਹਾਨੂੰ ਮੈਕਸਿਮਮ ਡਿਸਕਾਊਂਟ ਮਿਲਦਾ ਤੁਹਾਨੂੰ ਵੈਸੇ 75 ਦਾ ਇਹਨਾਂ ਦਾ ਵੀ ਆਪਣਾ ਹੁੰਦਾ ਬਟ ਸਾਡਾ ਇਹ Y383 A ਵਾਲਾ ਕੋਡ ਹੈ ਜਿਹੜਾ ਫੈਕਲਟੀ ਕੋਡ ਹੁੰਦਾ ਇਹ ਤਾਂ 78% ਤੱਕ ਆਫ ਮਿਲਦਾ ਤਾਂ ਇਹਦੇ ਨਾਲ ਕਿੰਨਾ ਰੇਟ ਬਣ ਜਾਂਦਾ ਇਹਦੇ ਨਾਲ ਬਣ ਜਾਂਦਾ ਰੇਟ ਜੀ 1840 ਰੁਪਏ ਇਹ ਪੈ ਜਾਊਗਾ ਤੁਹਾਨੂੰ 1840 ਦਾ ਤਾਂ ਤੁਸੀਂ ਬਾਏ ਕਰ ਸਕਦੇ ਜੇ ਕੋਈ ਬਾਏ ਕਰਨਾ ਚਾਵੇ ਮੈਥ ਘੱਟ ਸੀ ਰੀਜ਼ਨਿੰਗ ਜ਼ਿਆਦਾ ਸੀ ਤੁਹਾਡੀ ਮਰਜ਼ੀ ਹੈ ਦੇਖੋ ਇਸ ਵਾਰੀ ਜੇ ਮੈਥ ਜ਼ਿਆਦਾ ਆ ਗਈ ਰੀਜ਼ਨਿੰਗ ਘੱਟ ਹੋ ਗਈ ਫੇਰ ਸਰ ਜੀ ਕੇ ਚ 45 ਨੰਬਰ ਤੱਕ ਕੀ ਕੀ ਟੌਪਿਕ ਆਉਣਾ ਹੈ 50 ਬੇੜੇ ਜੀ ਕੇ ਚ ਪੰਜਾਬ ਜੀ ਕੇ ਵੀ ਆਣੀ ਹੈ ਇੰਡੀਆ ਦੀ ਜੀ ਕੇ ਵੀ ਆਣੀ ਹੈ ਕਰੰਟ ਅਫੇਅਰ ਵੀ ਆਣੇ ਚਲੋ ਜੀ ਕਰੀਏ ਫਿਰ ਸ਼ੁਰੂ ਕਰਦੇ ਆਪਾਂ ਸੈਸ਼ਨ ਅੱਜ ਵਧੀਆ ਜਿਹਾ ਸੈਸ਼ਨ ਇੱਕ ਜੀ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਇੱਕ ਛੋਟਾ ਜਿਹਾ ਇੱਕ ਮੋਟੀਵੇਸ਼ਨਲ ਕੋਟ ਕੀ ਲਿਖਿਆ ਬੀ ਸਟਰੋਂਗਰ ਦੈਨ ਯਰ ਸਟਰੋਂਗੇਸਟ ਐਕਸਕਿਊਜ਼ ਅਬ ਤੁਹਾਡਾ ਜਿਹੜਾ ਵੀ ਬਹਾਨਾ ਹੈ ਵੀ ਮੈਂ ਇਹ ਨਹੀਂ ਕਰ ਸਕਦਾ ਆਪਣੇ ਮਨ ਨੂੰ ਤਗੜਾ ਬਣਾਓ ਮਨ ਨੂੰ ਇਨਾ ਕਰੜਾ ਬਣਾਓ ਵੀ ਤੁਸੀਂ ਉਸ ਤੋਂ ਵੀ ਤਗੜੇ ਬਣ ਜੋ ਕੀ ਕਹਿੰਦਾ ਐਕਸਕਿਊਜ਼ ਕੀ ਆ ਵੀ ਨੀਂਦਾ ਨਹੀਂ ਛੱਡਦੀ ਨੀਂਦਾ ਨਹੀਂ ਹੋ ਰਹੀ ਬਾਈ ਨੀਂਦ ਬਹੁਤ ਆ ਰਹੀ ਹੈ ਸੁਸਤੀ ਬਹੁਤ ਛਾਈ ਫਲਾਈ ਹੋਈ ਹੈ ਤਾਂ ਜੀ ਇਹ ਵੀ ਥੋੜੀ ਗਲਤੀ ਹੈ ਬਸ ਥੋੜਾ ਜਿਹਾ ਮਨ ਹੈ ਵੀ ਹੁਣ ਮੈਨੂੰ ਤੁਹਾਨੂੰ ਪਤਾ ਦਸੰਬਰ 1 ਜਾਂ ਸੈਕੰਡ ਵੀਕ 'ਚ ਪੇਪਰ ਹੋ ਜਾਣੇ ਫਰਸਟ ਸੈਕੰਡ ਵੀਕ ਦਾ ਮਤਲਬ ਹੈ 1 ਦਸੰਬਰ ਨੂੰ ਵੀ ਹੋ ਸਕਦਾ ਪੇਪਰ ਤੇ ਸੈਕੰਡ ਵੀਕ ਦਾ ਮਤਲਬ ਹੈ 14 ਦਸੰਬਰ ਨੂੰ ਵੀ ਹੋ ਸਕਦਾ ਸੌਰੀ 1 ਦਸੰਬਰ ਨੂੰ ਵੀ ਹੋ ਸਕਦਾ ਪੇਪਰ ਤੇ 14 ਦਸੰਬਰ ਨੂੰ ਵੀ ਹੋ ਸਕਦਾ ਹੁਣ ਤੁਹਾਨੂੰ ਪਤਾ ਤੁਹਾਡੇ ਕੋਲ 22 25 ਦਿਨ ਨੇ ਠੀਕ ਹੈ ਅੱਜ ਤਰੀਕ ਕਿੰਨੀ ਹੋ ਗਈ ਅੱਜ ਹੋ ਗਈ 17 ਤਰੀਕ ਹੋ ਗਈ ਜੇ ਪੇਪਰ ਹੁੰਦਾ 1 ਦਸੰਬਰ ਨੂੰ ਤਾਂ ਤੁਹਾਡੇ ਕੋਲ ਗਿਣ ਕੇ ਗਿਣ ਕੇ ਹੀ ਅੱਜ ਦਾ ਦਿਨ ਮਿਲਾ ਕੇ ਤੁਹਾਡੇ ਕੋਲ 14 ਦਿਨ ਨੇ ਤੇ ਜੇ ਹੁੰਦਾ 14 ਤਰੀਕ ਨੂੰ ਤਾਂ ਬਸ ਤੁਹਾਡੇ ਕੋਲ ਕਿੰਨੇ 27 ਤੁਹਾਡੇ ਕੋਲ ਇੱਕ ਅਰਾਊਂਡ ਇੱਕ ਮਹੀਨਾ ਲਾ ਲਓ 27 28 ਦਿਨ ਨੇ ਥੋੜੇ ਉੱਤੇ ਤੁਸੀਂ ਹੁਣ ਇਹਦਾ ਟਾਈਮ ਦਾ ਕੀ ਕਰਦੇ ਹੋ ਜਾਂ ਤਾਂ ਤੁਸੀਂ ਆਪਣੀ ਨੀਂਦ ਨੂੰ ਆਪਣੇ ਉੱਤੇ ਭਾਰੀ ਕਰ ਲਓ ਭਾਰਾ ਕਰ ਲਓ ਵੀ ਮੈਨੂੰ ਨੀਂਦ ਬਹੁਤ ਆ ਰਹੀ ਸੁਸਤੀ ਆਈ ਹੈ ਮੈਂ ਉਧਰ ਗੇੜੀ ਵੀ ਮਾਰਨ ਜਾਣਾ ਸ਼ਾਮ ਨੂੰ ਆਪਾਂ ਖਾਣ ਪੀਣ ਵੀ ਜਾਣਾ ਯਾਰ ਅਵੇਲੀਆਂ ਨਾਲ ਫਿਰ ਖਾ ਪੀ ਕੇ ਗੇੜੀਆਂ ਮਾਰਨੀ ਬਹੁਤ ਜ਼ਰੂਰੀ ਹੈ ਮਸਟ ਹੈ ਤੇ ਰਾਤੀ 3 ਵਜੇ ਸੋਣਾ ਸਵੇਰੇ 12:00 ਵਜੇ ਉੱਠਣਾ ਠੀਕ ਹੈ ਜੀ 10 ਘੰਟੇ ਦਿਨ ਤੁਸੀਂ ਵੈਸੇ ਹੀ ਗਵਾਤਾ 14 ਘੰਟੇ ਚ ਫਿਰ ਕਹਿੰਦੇ ਜੀ ਸਾਤੋਂ ਪੜਾਈ ਨਹੀਂ ਹੋ ਰਹੀ ਕਨਸੈਂਟਰੇਸ਼ਨ ਦੀ ਵੰਟਰੀ ਕਿੱਦਾਂ ਬਣੂਗੀ ਬਸ ਉਹੀ ਗੱਲ ਕਹੀ ਹੈ ਵੀ ਆਪਣੇ ਜਿਹੜਾ ਤੁਹਾਡਾ ਸਭ ਤੋਂ ਵੱਡਾ ਐਕ ਚਲੋ ਜੀ ਇਹ ਕੋਰਸ ਬਾਈ ਕਰਨ ਤੋਂ ਬਿਨਾ ਕਲੀਅਰ ਨਹੀਂ ਹੋ ਸਕਦਾ ਪੇਪਰ ਤੁਹਾਡੀ ਵੀਡੀਓ ਤੋਂ ਬਸ ਆਰਮੀ ਐਗਜ਼ਾਮ ਤਿਆਰੀ ਵਿੱਚ ਕੀ ਕਿ ਮੈਂ ਹਰ ਕਲਾਸ 'ਚ ਜੇ ਤੁਸੀਂ ਪਹਿਲੀ ਵਾਰ ਆਇਓ ਤਾਂ ਵੈਲਕਮ ਤੁਹਾਡਾ ਮੈਂ ਤੁਹਾਨੂੰ ਦੱਸ ਦਮੈਂ ਹਰ ਕਲਾਸ 'ਚ ਕੀ ਕਰਨਾ ਜੇ ਤੁਹਾਡਾ ਦੇਖੋ YouTube ਕਲਾਸੀ ਤੋਂ ਚੱਲਦਾ ਹੈ ਤੁਸੀਂ ਆਪ ਮੋਟੀਵੇਟਿਡ ਹੋ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਆਹ ਕਰੋ ਆਹ ਕਰੋ ਇਹ PDF ਅੱਜ ਪੜ੍ਹ ਕੇ ਜਾਣੀ ਹੈ ਇਹ ਚੀਜ਼ਾਂ ਰਿਵਾਈਜ਼ ਕਰਨੀ ਹੈ ਜੇ ਤੁਸੀਂ ਕਰ ਸਕਦੇ ਹੋ ਤਾਂ YouTube ਕਲਾਸਾ ਤੁਹਾਡੇ ਲਈ ਬਿਲਕੁਲ ਠੀਕ ਨੇ ਤੁਹਾਨੂੰ ਲੋੜ ਹੀ ਨਹੀਂ ਪੈਣੀ ਬੈਚ ਦੀ ਗੱਲ ਆਪਾਂ ਉਦੋਂ ਕਰਦੇ ਆਂ ਵੀ ਤੁਹਾਨੂੰ ਪਤਾ ਹੁਣ 20 ਬਚੇ ਦਿਨ ਰਹਿ ਗਏ ਨੇ ਅਸੀਂ ਹੁਣ ਤਿਆਰੀ ਪ੍ਰੋਪਰ ਉਸੇ ਵੇਚ ਕਰਨੀ ਆ ਤੁਹਾਨੂੰ ਪਤਾ ਟਾਈਮ ਬਹੁਤ ਘੱਟ ਹੈ ਤਾਂ ਜਦੋਂ ਸਾਰੀ ਦੀ ਸਾਰੀ ਫੈਕਲਟੀ ਇੱਕ ਤਾਂ ਉਸੇ ਵੇਚ ਲੱਗੀ ਹੋਈਗੀ YouTube ਤੇ ਵੀ ਆਪਾਂ ਲੱਗੇ ਹੋਏ ਆ ਉਸੇ ਵਿੱਚ ਇਹੋ ਜੀ ਗੱਲ ਨਹੀਂ ਹੈ ਬਟ ਪੇਡ ਬੈਟ ਦਾ ਥੋੜਾ ਹੁੰਦਾ ਆਪਾਂ ਥੋੜੀ ਜਿਹੀ ਜ਼ਿਆਦਾ ਕਨਸੈਂਟਰੇਸ਼ਨ ਨਾਲ ਪੜਾ ਸਕਦੇ ਕਿਉਂ ਕਿਉਂਕਿ ਜੀ ਇੱਥੇ ਹੁੰਦਾ ਕੀ ਹੈ ਅੱਜ ਤਾਂ ਹੈ ਨਹੀਂ ਅਰਥਾ ਸਾਡੇ ਕੋਲ ਬੱਚੇ ਵਧੀਆ ਆਏ ਨੇ ਕਈ ਵਾਰੀ ਹੁੰਦਾ ਕੀ ਹੈ YouTube ਤੇ ਜੀ ਗੱਲਾਂ ਮਾਰਨ ਲੱਗ ਜਾਂਦੇ ਜੀ ਉਹ ਮੈਡਮ ਕਿੱਥੇ ਆ ਉਹ ਪੜਾ ਨਹੀਂ ਰਹੀ ਤੁਸੀਂ ਕੀ ਕਰ ਰਹੇ ਹੋ ਲੇਟ ਹੋ ਗਏ ਤੁਹਾਡਾ ਵਿਆਹ ਹੋ ਆਉਣ ਵਾਲਾ ਇਹੋ ਜਿਹੀ ਗੱਲਾਂ ਕਰਦੇ ਨੇ ਗਾਜਰਾਂ ਦੀ ਸਬਜ਼ੀ ਮੂੜੀ ਦੀ ਸਬਜ਼ੀ ਇਹੋ ਜਿਹੀ ਗੱਲਾਂ ਕਰਦੇ ਨੇ ਤਾਂ ਇਹ ਕਲਾਸਾਂ 'ਚ ਥੋੜੀ ਜਿਹੀ ਕਨਸੈਂਟਰੇਸ਼ਨ ਦੀ ਪ੍ਰੋਬਲਮ ਆਂਦੀ ਹੈ ਤੁਸੀਂ ਆਪ ਵੀ ਫੀਲ ਕਰੋਗੇ ਤੁਸੀਂ ਤੁਹਾਨੂੰ ਆਪ ਦੇਖਿਆ ਹੀ ਹੋਣਾ ਤਾਂ ਇਹ ਹੁੰਦਾ ਬਾਕੀ YouTube ਤੇ ਤੁਸੀਂ ਕਰ ਸਕਦੇ ਹੋ no doubt ਜੇ ਤੁਸੀਂ ਆਪ ਮੋਟੀਵੇਟਿਡ ਹੋ ਜੇ ਤੁਹਾਨੂੰ ਲੱਗਦਾ ਆਪ ਦੇਖੋ ਅੰਦਰੋਂ ਆਣੀ ਚਾਹੀਦੀ ਆਵਾਜ਼ ਨਾ ਕੋਈ ਬੇਸਿਕ ਦੀ ਚੀਜ਼ ਹੋ ਗਈ ਸਿੱਖਣ ਲਈ ਕੋਈ ਪਲੱਸ ਮਾਈਨਸ ਹੀ ਸਿੱਖ ਲਓ ਤੁਸੀਂ ਸਿੱਖ ਉਦੋਂ ਹੀ ਸਕਦੇ ਹੋ ਜਦੋਂ ਤੁਹਾਡੇ ਅੰਦਰ ਆਉਂਗਾ ਕਿ ਬਾਈ ਮੈਂ ਸਿੱਖਣਾ ਸਿੱਖਣਾ ਮੈਂ ਸਿੱਖਣਾ ਪਹਿਲਾਂ ਕੋਈ ਵੀ ਟਫ ਚੀਜ਼ ਆ ਉਹ ਔਖੀ ਸੌਰੀ ਪਹਿਲਾਂ ਕੋਈ ਵੀ ਚੀਜ਼ ਆ ਉਹ ਪਹਿਲਾਂ ਔਖੀ ਲੱਗੂਗੀ ਸੌਖੀ ਤਾਂ ਬਾਅਦ ਚ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਉਦੋਂ ਹੀ ਬਣਦੀ ਹੈ ਤਾਂ ਇਹ ਤੁਹਾਡੇ ਤੇ ਆ ਦੇਖ ਲਓ ਹੈਨਾ ਜੇ ਲੈਣਾ ਚਾਹੁੰਦੇ ਹੋ ਤਾਂ ਬਸ ਦੱਸਦਾ ਤੁਹਾਨੂੰ ਇੱਕ ਕੋਡ ਯੂਜ਼ ਕਰ ਲਿਓ ਕਿਉਂਕਿ ਵੈਸੇ 75% ਆਫ ਦਿੰਦਾ ਬਸ ਸਾਡਾ ਇੱਕ ਸਾਨੂੰ ਫੈਕਲਟੀ ਵਾਲੇ ਕੋਡ ਦਿੱਤੇ ਹੋਏ ਨੇ ਇਹਨਾਂ ਨੇ Y383Y 338 ਲਾ ਕੇ ਤੁਹਾਨੂੰ ਅਰਾਊਂਡ 78% ਦਾ ਆਫ ਮਿਲ ਜਾਂਦਾ ਡਿਸਕਾਊਂਟ ਮਿਲ ਜਾਂਦਾ ਤੇ ਬਾਕੀ ਕਈ ਪੁੱਛਦੇ ਸਰ ਬੋਕਾਂ ਬਾਰੇ ਆ ਨਹੀਂ ਤੇ ਆ ਨਹੀਂ ਜੀ ਤੁਹਾਡੇ ਲਈ ਕਿਤਾਬਾਂ ਦੇ ਦੋ ਇੱਕ ਹੈ ਜੀ ਪੀ ਟ੍ਰਿਪਲ ਐਸ ਬੀ ਕਲੱਗ ਦੀ ਪ੍ਰੋਪਰ ਕਿਤਾਬ ਹੈ ओरिएंटेड ਆ ਬਟ ਇੱਕ ਧਿਆਨ ਦੇਣਾ ਇੰਗਲਿਸ਼ ਮੀਡੀਅਮ ਚ ਹੈ ਪੰਜਾਬੀ ਵਾਲਾ ਪਾਰਟ ਸਿਰਫ ਪੰਜਾਬੀ ਚ ਹੈ ਬਾਕੀ ਸਾਰਾ ਇੰਗਲਿਸ਼ ਚ ਹੈ ਤੇ ਦੂਜੀ ਆ ਪੰਜਾਬ ਜੀਕੇ ਦੀ ਕਿਤਾਬ ਹੈ ਇਹ ਇਹ ਬਹੁਤ ਵਧੀਆ ਕਿਤਾਬ ਹੈ ਜਿਹੜੀ ਦੇਖੋ ਤੁਸੀਂ ਕਿਤਾਬ ਪੜ੍ਹਦੇ ਹੁੰਦੇ ਹੋ ਤੁਹਾਨੂੰ ਪਤਾ ਸਾਰੇ ਨੇ ਇਸਾਰ ਪੰਜਾਬ ਹੋਈ ਕਿਤਾਬ ਪੜਦਾ ਉਹਦਾ ਚੱਕਰ ਕੀ ਆ ਉਹਦੇ ਅੰਦਰ ਨੇ ਕਹਾਣੀਆਂ ਸਮਝਣ ਨੂੰ ਬਹੁਤ ਟਾਈਮ ਲੈਂਦੇ ਜਦੋਂ ਤੁਹਾਡੇ ਕੋਲ ਖੁੱਲਾ ਟਾਈਮ ਹੋਵੇ ਪੰਜਾਬ ਦੀ ਉਹਨੂੰ ਕਲਚਰ ਕੋਲ ਸਮਝਣ ਨੂੰ ਬਹੁਤ ਵਧੀਆ ਕਿਤਾਬ ਹੈ ਜੇ ਤੁਸੀਂ ਉਸ ਮੋਟਿਵ ਨਾਲ ਪੜ੍ਹ ਰਹੇ ਜੇ ਤੁਸੀਂ ਪੀਸੀਐਸ ਦਾ ਪੇਪਰ ਦੇਣਾ ਹੋਵੇ ਬਟ ਜੇ ਆਪਾਂ ਸਿੱਧਾ ਪੇਪਰ ਪਾਸ ਕਰਨਾ ਨਾ ਵੀ ਪੇਪਰ ਦੇਣਾ ਆਪਾਂ ਸਿੱਧਾ ਇੰਟੈਲੀਜ ਅਸਿਸਟੈਂਟ ਕਾਂਸਟੇਬਲ ਪਟਵਾਰੀ ਜ਼ਿਲ੍ਹਾਦਾਰ ਆਂਗੜਵਾੜੀ ਟ੍ਰਿਪਲ ਐਸਬੀ ਕਲਰਕ ਪੀਐਸਪੀਸੀਐਲ ਕਲਰਕ ਕਾਂਸਟੇਬਲ ਹੈਡ ਕਾਂਸਟੇਬਲ ਉਹਨਾਂ ਲਈ ਇਹ ਕਿਤਾਬ ਤੋਂ ਬੈਸਟ ਮੈਨੂ ਨਹੀਂ ਕਿਉਂਕਿ ਪ੍ਰੋਪਰ ਪੇਪਰ ਓਰੀਐਂਟਡ ਹੈ ਵਨ ਲਾਈਨਰ ਦਿੱਤੇ ਉਹਨੂੰ ਸਿੱਧਾ-ਸਿੱਧਾ ਸਵਾਲ ਨੇ ਕੁਐਸਚਨ ਆਨਸਰ ਕੁਐਸਚਨ ਆਨਸਰ ਥੋੜੀ ਬਹੁਤ ਥਿਉਰੀ ਵੀ ਹੈ ਤਾਂ ਪੇਪਰ ਲਈ ਵਧੀਆ ਹੈ ਠੀਕ ਹੈ ਜੀ ਤਾਂ ਇਹ ਕੋਈ ਬਾਏ ਕਰਨਾ ਚਾਹਵੇ ਤਾਂ ਇਹਦੀ ਰੇਟ ਦੱਸਦਾ ਤੁਹਾਨੂੰ ਆਫਟਰ ਡਿਸਕਾਊਂਟ ਆਫਟਰ ਇਹ ਵਾਲਾ Y383 ਕੋਡ ਲਾ ਕੇ ਪੈਂਦੀ ਹੈ ਤੁਹਾਨੂੰ 299 ਦੀ ਤੇ ਇਹ ਆਫਟਰ ਡਿਸਕਾਊਂਟ ਪੈਂਦੀ ਹੈ ਤੁਹਾਨੂੰ 229 ਦੀ ਚਲੋ ਇਹ ਬਾਰੇ ਆਪਾਂ ਗੱਲ ਕਰ ਲਈ ਇਹਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਆਹ ਜੀ ਪਹਿਲਾ ਸਵਾਲ ਤੁਹਾਡੇ ਕੰਪਿਊਟਰ ਜਾਂ ਫੋਨ ਦੀ ਸਕਰੀਨ ਤੇ ਇਹ ਰਿਹਾ ਕਹਿੰਦੇ ਜੀ 4 ਮਨ 4 ਪੁਰਸ਼ ਅਤੇ 6 ਔਰਤਾਂ ਮਿਲ ਕੇ ਇੱਕ ਕੰਮ 8 ਦਿਨਾਂ ਵਿੱਚ ਪੂਰਾ ਕਰ ਸਕਦੇ ਹਨ ਜਦੋਂ ਕਿ 3 ਪੁਰਸ਼ ਅਤੇ 7 ਔਰਤਾਂ ਮਿਲ ਕੇ 10 ਦਿਨਾਂ ਵਿੱਚ ਪੂਰਾ ਕਰ ਸਕਦੇ ਹਨ ਮਿਲ ਕੇ ਕੰਮ ਕਰਨ ਵਾਲੀਆਂ 20 ਔਰਤਾਂ ਇਸ ਨੂੰ ਕਿੰਨੇ ਦਿਨਾਂ ਵਿੱਚ ਪੂਰੀ ਕਰਨਗੀਆਂ ਮਾੜਾ ਜਿਹਾ ਦੱਸੋ ਜਰਾ ਨਹੀਂ ਸੁਖਪ੍ਰੀਤ ਪਤਾ ਹੁੰਦਾ ਕੀ ਆ ਇਹ ਦੇਖੋ ਹਿਊਮਨ ਮੈਂਟੈਲਿਟੀ ਕਹਿ ਲੋ ਮੈਂ ਕਹਿੰਦਾ ਹਿਊਮਨ ਨੇਚਰ ਹੈ ਇਹ ਤੁਸੀਂ ਆਪ ਸੋਚੋ ਫਰੀ ਦੀ ਚੀਜ਼ ਦੀ ਬੰਦਾ ਕੀਮਤ ਨਹੀਂ ਕਰਦਾ ਥੋੜੀ ਵੀ ਥੋੜੀ ਨਹੀਂ ਆਪਣੀ ਵੀ ਗੱਲ ਕਰ ਰਹਾ ਆਪਾਂ ਫਰੀ ਦੀ ਚੀਜ਼ ਦੀ ਓਨੀ ਆਪਾਂ ਉਹਨੂੰ ਕੀ ਕਹਿੰਦੇ ਅਹਿਮੀਅਤ ਨਹੀਂ ਦਿੰਦੇ ਪੈਸੇ ਕਿਤੇ ਲੱਗੇ ਹੋਣ ਨਾ ਬੰਦਾ ਨਾ ਟਾਈਮ ਕੱਢ ਕੇ ਭਾਵੇਂ ਨਾ ਜੀ ਨਾ ਕਰਦਾ ਹੋਵੇ ਬੰਦਾ ਫੇਰ ਵੀ ਉਹ ਚੀਜ਼ ਕਰਦਾ ਜੇ ਪੈਸੇ ਲੱਗੇ ਹੋਣ ਬਾਕੀ ਮੈਂ ਤਾਂ ਕਿਹਾ ਦੇਖੋ ਮੈਨੂੰ ਪਹਿਲਾਂ ਕਲੀਅਰ ਜੀ ਗੱਲ ਕੀ ਕਹੀ ਜੇ ਤੁਸੀਂ ਕਰ ਸਕਦੇ ਹੋ ਤੁਹਾਨੂੰ ਪਹਿਲਾਂ ਆਪ ਸਿੰਸੀਅਰ ਹੋਣਾ ਪੈਣਾ ਜਿੰਨੇ ਵੀ ਕਮੈਂਟ ਆਉਂਦੇ ਇਗਨੋਰ ਕਰਨਾ ਪੈਣਾ ਤੁਹਾਨੂੰ ਹੋਣਾ ਪੈਣਾ ਅੰਦਰੋਂ ਆਣੀ ਚਾਹੀਦੀ ਹੈ ਚੀਜ਼ੇ ਤੁਹਾਡੇ ਅੰਦਰੋਂ ਆਰੀਏ ਚੀਜ਼ ਤੁਸੀਂ ਕੁਝ ਵੀ ਕਰ ਲੋਗੇ ਫਿਰ ਕੋਈ ਚੱਕਰ ਹੈ ਨਹੀਂ ਇਟਸ ਸਨੀ ਯਾਰ ਯਾ ਤਾਂ ਇੱਕ ਕੁਐਸਚਨ ਅੱਗੇ ਦੇ ਬੰਦੋ ਸਮਝ ਨਹੀਂ ਆ ਇੱਕ ਚਕਾਰ ਸਕੂਟੀ ਆ ਮੋਟਰਸਾਈਕਲ ਆ ਅੱਗੇ ਸਵਾਲ ਕੀ ਸੀ ਇਹ ਤਾਂ ਦੱਸੋ ਮੈਨੂੰ ਹਾਂਜੀ ਹਾਂਜੀ ਦੇਖੋ ਸਾਰੇ ਇਸ ਟਾਈਮ ਜਿਹੜਾ ਪੰਜਾਬ ਵੱਡਾ 247 ਚੈਨਲ ਆ ਸਾਰਾ ਪੀ 3ਪੀਐਸਬੀ ਕਲਰਕ ਲਈ ਹੋ ਰਿਹਾ ਸਾਰੇ ਜਿੰਨੇ ਵੀ ਸਵਾਲ ਹੋ ਰਹੇ ਬਸ ਉਸੇ ਡਾਇਰੈਕਸ਼ਨ ਚ ਹੋ ਰਹੇ ਆ ਇਹ YouTube ਤੇ ਤੁਹਾਡੇ ਕਿਹੜੇ ਪੈਸੇ ਲੱਗਦੇ ਮੈਨੂੰ ਦੱਸੋ ਮਾੜਾ ਜੇ ਤੁਸੀਂ ਜੇ ਤੁਸੀਂ ਪ੍ਰੀਮੀਅਮ ਬਾਏ ਕੀਤਾ ਹੈ ਉਹਨੂੰ ਤੁਸੀਂ ਲਗਜ਼ਰੀ ਕਹੋਗੇ ਦੇਖੋ ਫਰਕ ਹੁੰਦਾ ਇੱਕ ਚੀਜ਼ ਨਾ ਇੱਕ ਹੁੰਦੀ ਹੈ ਨੈਸੈਸਿਟੀ ਇੱਕ ਹੁੰਦੀ ਹੈ ਲਗਜ਼ਰੀ ਨੈਸੈਸਿਟੀ ਹੁੰਦੀ ਹੈ ਜ਼ਰੂਰਤ ਲਗਜ਼ਰੀ ਹੁੰਦੀ ਹੈ ਤੁਸੀਂ ਵਰਡ ਤੋਂ ਸਮਝ ਸਕਦੇ ਹੋ ਲਗਜ਼ਰੀ ਤਾਂ ਜੀ ਜ਼ਰੂਰਤ ਹੁੰਦੀ ਹੈ ਵੀ ਤੁਹਾਨੂੰ ਲੈਣਾ ਹੀ ਪੈਣਾ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਪ੍ਰੀਮੀਅਮ ਲਓ ਤੁਸੀਂ ਐਡ ਦੇਖ ਸਕਦੇ ਹੋ 5 6 ਸੈਕਿੰਡ ਦੇ ਤੁਹਾਡਾ ਕੋਈ ਘਾਟਾ ਨਹੀਂ ਹੁੰਦਾ ਬਾਕੀ ਦੇਖੋ ਬਹਿਸ ਕਰਨ ਨੂੰ ਤਾਂ ਆਪਾਂ ਕਰ ਸਕਦੇ ਹਾਂ ਬਹਿਸ ਦਾ ਤਾਂ ਕੋਈ ਐਂਡ ਹੀ ਹੈ ਨਹੀਂ ਚਲੋ ਅੱਗੇ ਧਿਆਨ ਦੇਈਏ ਸਵਾਲ ਕਿਤਾ ਸਵਾਲ ਕਿਸੇ ਨੇ ਨਹੀਂ ਜਾਂ ਹਜੇ ਬਸ ਇੱਥੇ ਲੱਗੇ ਹੋਏ ਆ ਪੇਡ ਲੈਣਾ ਕੀ ਕਰਨਾ ਮੈਂ ਤਾਂ ਕਿਹਾ ਵੀ ਜਿਹੜਾ ਲੈਣਾ ਚਾਹੁੰਦਾ ਲੈ ਸਕਦਾ ਜ਼ਰੂਰ ਲਵੇ ਜਿਨੂੰ ਨਹੀਂ ਲੈਣਾ ਉਹ YouTube ਤੋਂ ਸਿਨਸੇਅਰਲੀ ਤਿਆਰੀ ਕਰ ਲੈ ਵਾ ਸਿਨਸੇਅਰਲੀ ਬਾਰ ਬਾਰ ਕਹ ਰਿਹਾ ਸਿਨਸੇਅਰਲੀ ਤਿਆਰੀ ਕਰ ਲੈ ਬਸ ਤੁਸੀਂ ਇਹੀ ਗੱਲਾਂ ਕਰੀ ਜਾਓ ਯਾਰ ਚਲੋ ਸਵਾਲ ਦੇਖੋ ਸਵਾਲ ਕੀ ਕਿਹਾ ਕਹਿੰਦੇ ਜੀ 4 men 4 men ਤੇ 6 women ਕਹ ਕੰਪਲੀਟ ਅ ਵਰਕ ਇਨ 8 ਡੇਸ ਠੀਕ ਹੈ ਜੀ ਇਹ ਮੈਂ ਸਾਰੇ ਨੂੰ ਕਰਾਇਆ ਹੋਇਆ ਫਿਰ 3 ਵੂਮਨ 3 men ਤੇ 7 ਵੂਮਨ ਕੈਨ ਕੰਪਲੀਟ ਇਟ ਇਨ 10 ਡੇਸ ਬਸ ਇਹਨੂੰ ਸੋਲਵ ਕਰ ਲਓ ਪਹਿਲਾਂ ਕੀ ਹੋਗਾ 8 4 32m 8648 10330m 10770w ਏ ਆ ਗਿਆ ਜੀ ਇਹ ਆ ਗਿਆ ਐਮ ਬਾਈ ਡਬਲਯੂ ਦੀ ਵੈਲਿਊ ਕੀ ਆ ਗਈ ਇਹ ਆ ਗਈ ਜੀ 11:1 ਹੁਣ ਆਪਾਂ ਇਹਨੂੰ ਇਹਦੇ ਚ ਪੁੱਟ ਕਰ ਦੋ ਔਰ ਇਹਦੇ ਚ ਪੁੱਟ ਕਰ ਦੋ ਤੁਹਾਡੀ ਮਰਜ਼ੀ ਆ ਆਪਾਂ ਇਹ ਚ ਪੁੱਟ ਕਰਨ ਲੱਗੇ ਤਾਂ ਕੀ ਆਊਗਾ 44 ਹੋ ਗਿਆ ਇਹ 6 ਹੋ ਗਿਆ ਇਹ ਹੋ ਗਿਆ 50 ਮਤਲਬ ਕੀ ਹੋ ਗਿਆ 40 ए, 50 8 ਇਹ ਕਿੰਨਾ ਹੋ ਗਿਆ ਇਹ ਹੋ ਗਿਆ ਜੀ 400 ਹੋ ਗਿਆ ਮਤਲਬ ਟੋਟਲ ਹੁਣ ਟੋਟਲ ਵਰਕ ਆ ਗਿਆ 400 ਤੇ ਕਿਹਾ 20 ਔਰਤਾਂ ਕਿੱਥੇ ਗਈਆਂ 20 ਔਰਤਾਂ ਜੇ 20 ਔਰਤਾਂ 20 women ਇਕੱਠਿਆਂ ਜੇ ਕੰਮ ਕਰਨ ਕਿੰਨੇ ਟਾਈਮ ਚ ਕਰਨਗੇ ਹੁਣ 20 women ਲਿਖਿਆ ਤਾਂ ਇੱਥੇ ਕਰੋ ਡਿਵਾਈਡ 20 ਨਾਲ ਤੇ ਹੁਣ ਇਹਨਾਂ ਦੀ ਐਫੀਸ਼ੀਐਂਸੀ ਹੁਣ ਐਫੀਸ਼ੀਐਂਸੀ ਤਾਂ ਕਹੋ 1 ਡੇ ਵਰਕ ਤਾਂ 1 ਹੀ ਤਾਂ ਬਸ ਇਹੀ ਹੋ ਗਿਆ ਤਾਂ ਆਨਸਰ ਆ ਗਿਆ ਤੁਹਾਡਾ 20 ਇਹ ਸਮਝ ਆਇਆ ਕਿਸ ਨੂੰ ਰਿਪੀਟ ਕਰੀਏ ਜਾਂ ਹੋ ਗਈ ਗਵਣ ਦੀ ਗੱਲ ਹਾਂਜੀ ਕਿਹੜੇ ਨੇ ਉਹ YouTube ਤੇ ਪੈਸੇ ਆਣਾ ਲਗਾਨ ਲਾਣ ਵਾਲੇ ਸਮਝ ਆ ਗਿਆ ਤੁਹਾਨੂੰ ਸਾਰਿਆਂ ਨੂੰ ਕਿ ਨਹੀਂ ਉਹੀ ਗੱਲ ਹੈ ਕਾਫੀ ਪੀਣ ਦਾ ਤੁਸੀਂ ਘਰੋਂ ਵੀ ਪੀ ਸਕਦੇ ਹੋ ਸਟਾਰਬਕ ਕਿਉਂ ਜਾਂਦੀ ਹੈ ਜਨਤਾ ਕਾਫੀ ਪੀਣ ਨੂੰ ਸੀਸੀਡੀ ਵੀ ਪੀ ਲੈਂਦਾ 200 ਰੁਪਏ ਦੀ ਮਿਲਦੀ ਹੈ 150 ਦੀ ਮਿਲਦੀ ਹੈ ਸਟਾਰਬਕ ਜਾ ਕੇ 400 ਦੀ ਪੱਟਦੇ ਹੋ ਇਹ ਹੁੰਦਾ ਨੈਸੈਸਿਟੀ ਤੇ ਲਗਜ਼ਰੀ ਤੇ ਸੁਪਰ ਲਗਜ਼ਰੀ ਦਾ ਫਰਕ ਇਹ ਆਪਾਂ ਕਰਦੇ ਹਾਂ ਘਰ ਦੀ ਕਾਫੀ ਡਿੱਗ ਜੇ ਹਾਂਜੀ ਆ ਮੈਂ ਲਿਆਇਆ ਹੋਇਆ ਪਾਣੀ ਭਰ ਕੇ ਲਿਆਇਆ ਹੋਇਆ ਨਿੰਬੂ ਮੈਂ ਪਾਇਆ ਹੋਇਆ ਦੇ ਅੰਦਰ ਤਾ ਜੀ ਇਹ ਮੈਥੋਂ ਡਿੱਗ ਗਿਆ ਟੁੱਟ ਵੀ ਗਿਆ ਇਹ ਮੈਨੂੰ ਫ੍ਰੀ ਮਿਲਿਆ ਹੋਇਆ ਕੋਈ ਚੱਕਰ ਹੈ ਨਹੀਂ ਫ੍ਰੀ ਦੀ ਕੀਮਤ ਨਹੀਂ ਹੈ ਜੇ ਮੈਂ ਬਾਹਰੋਂ ਕੋਈ ਲਈ ਹੋਈ ਹੁੰਦੀ ਸੋਹਣੀ ਜੀ ਬੋਤਲ ਲਈ ਹੁੰਦੀ ਉਹ ਟੁੱਟਦੀ ਮੈਨੂੰ ਦੁੱਖ ਦੁੱਖ ਲੱਗਦਾ ਵੀ ਹਾਈਵੇ ਡਿੱਗ ਗਿਆ ਪਾਣੀ ਦੀ ਗੱਲ ਕਰ ਲਈਏ ਫ੍ਰੀ ਦਾ ਪਾਣੀ ਹੈ ਤੁਸੀਂ ਦੇਖ ਲਓ ਆਪ 20 ਰੁਪਏ ਦੀ ਪਾਣੀ ਦੀ ਬੋਤਲ ਲੈ ਕੇ ਤੁਸੀਂ ਕਿਤੇ ਛੱਡਿਆ ਤੁਹਾਨੂੰ ਲੱਗਦਾ ਵੀ ਯਾਰ ਕਿਉਂ ਛੱਡਿਆ ਚਲੋ ਇਹਦੀ ਕੋਈ ਸ਼ਾਰਟ ਟ੍ਰਿਕ ਨਹੀਂ ਹੈ ਇਹ ਐਦਾਂ ਹੀ ਹੋਊਗਾ ਤੁਹਾਨੂੰ ਇੰਨਾ ਤਾਂ ਕਰਨਾ ਪੈਣਾ ਇਹ ਤਾਂ ਦੇਖੋ ਬੇਸਿਕ ਜੀ ਗੱਲ ਹੈ ਐਦਾਂ ਤਾਂ ਕਰਨਾ ਹੀ ਪੈਣਾ ਤੇ ਗਿਸਾਰੇ ਨੂੰ ਗੁਜ਼ਾਰੀ ਜੇ ਇੱਕ ਵਾਰੀ ਸਾਰੇ ਦਬ ਕੇ ਸੈਸ਼ਨ ਨੂੰ ਸ਼ੇਅਰ ਪਲੱਸ ਲਾਈਕ ਕਰ ਦਿਓ ਕੀ ਕਰਦੋ ਸ਼ੇਅਰ ਤੇ ਲਾਈਕ ਕਰ ਦਿਓ ਚਲੋ ਅਗਲੇ ਸਵਾਲ ਵੱਲ ਆਹ ਦੇਖੋ ਕਹਿੰਦੇ ਏ ਜਾਂਦਾ ਆਪਣੇ ਆਫਿਸ ਨੂੰ 16 ਕਿਲੋਮੀਟਰ ਦੀ ਰਫ਼ਤਾਰ ਤੇ ਤੇ ਜਦੋਂ 16 ਜਾਂਦਾ ਹੁੰਦਾ 5 ਮਿੰਟ ਲੇਟ ਫਿਰ ਉਹ ਵਧਾਉਂਦਾ ਆਪਣੀ ਸਪੀਡ 20 ਕਿਲੋਮੀਟਰ ਤੇ ਫਿਰ ਪਹੁੰਚਦਾ ਉਹ 10 ਮਿੰਟ ਜਾਈ ਛੇਤੀ ਪਹੁੰਚ ਜਾਂਦਾ ਉਹਦੇ ਆਫਿਸ ਤੇ ਘਰ ਦਾ ਡਿਸਟੈਂਸ ਲੱਭੋ ਸੁਖਪ੍ਰੀਤ ਆਪਾਂ ਨਹੀਂ ਮਾਈਂਡ ਮੁੰਡ ਕਰਦੇ ਇਹੀ ਕੰਮ ਹੈ ਕਿ ਸਾਨੂੰ ਕਰਨ ਬਹੁਤ ਕੰਮ ਹੈ ਸਾਨੂੰ ਮਾਈਂਡ ਮੁੰਡ ਨਹੀਂ ਕਰਦੇ ਆਪਾਂ ਮੈਂ ਤਾਂ ਤੁਹਾਨੂੰ ਸਿੰਪਲ ਜੀ ਗੱਲ ਐਕਸਪਲੇਨ ਕੀਤੀ ਹੁਣ ਤੁਸੀਂ ਕਿਹਾ YouTube ਤੇ ਵੀ ਪੈਸੇ ਲੱਗਦੇ ਮੈਂ ਤਾਂ ਐਕਸਪਲੇਨ ਕੀਤਾ ਵੀ ਲਗਜ਼ਰੀ ਤੇ ਨੈਸੈਸਿਟੀ ਬਹੁਤ ਛੋਟੀ ਜੀ ਗੱਲ ਹੈ ਲਗਜ਼ਰੀ ਤੇ ਨੈਸੈਸਿਟੀ ਸਾਰੇ ਗੱਲ ਸਮਝਦੇ ਨਹੀਂ ਮੈਂ ਤਾਂ ਉਹ ਦੱਸੀ ਹੈ ਆਹ ਕੁਐਸਚਨ ਕਰੋ ਜਰਾ ਤਾਂ ਇਹਦੇ ਦੇਖੋ ਕੀ ਆ ਪਹਿਲਾਂ ਜਦ 16 ਦੀ ਸਪੀਡ ਤੋਂ ਜਾਂਦਾ ਤਾਂ ਉਹ ਹੁੰਦਾ 5 ਮਿੰਟ ਲੇਟ ਫਾਰ ਇਗਜ਼ਾਮਪਲ ਆਪਾਂ ਲਾ ਲਈਏ ਨੇ 10 ਮਿੰਟ 10 ਵਜੇ ਪਹੁੰਚਣਾ ਹੋਵੇ ਆਫਿਸ ਤੇ 10 ਵਜੇ ਲੱਗਦਾ 16 ਦੀ ਸਪੀਡ ਤੋਂ ਜਾਂਦਾ ਤਾਂ ਇਹ ਪਹੁੰਚਦਾ ਇੱਥੇ 10:05 ਤੇ ਠੀਕ ਹੈ ਜੀ ਹੋ ਗਿਆ 5 ਮਿੰਟ ਫਿਰ ਕਹਿੰਦਾ ਇਹਨੇ ਆਪਣੀ ਸਪੀਡ ਬਦਾਲ ਲਈ 20 ਨੂੰ ਕਰ ਲਈ ਹੁਣ ਕੀ ਹੁੰਦਾ ਹੁਣ ਇਹ ਹੋ ਜਾਂਦਾ ਜੀ 10 ਮਿੰਟ 36 10 ਮਿੰਟ ਲੇਟ ਹੋ ਗਿਆ 5 ਮਿੰਟ ਲੇਟ ਹੋ ਗਿਆ ਸੌਰੀ ਤੇ ਇਹ ਹੋ ਗਿਆ 10 ਮਿੰਟ ਅਰਲੀ ਮਤਲਬ ਕਿ ਇਹ ਪਹੁੰਚ ਗਿਆ ਇੱਥੇ ਕਿੰਨੇ ਤੇ ਇਹ ਪਹੁੰਚ ਗਿਆ ਇੱਥੇ 9 50 ਤੇ ਇਹ ਕਿੰਨਾ ਆ ਗਿਆ ਇਹ ਆ ਗਿਆ ਜੀ 10 ਮਿੰਟਸ ਹੁਣ ਟੋਟਲ ਦੇਖੋ ਇਹਨਾਂ ਦੇ ਦੋਨਾਂ 'ਚ ਫਰਕ ਕਿੰਨਾ ਰਹਿ ਗਿਆ ਪਹਿਲਾਂ ਇੱਥੇ ਪਹੁੰਚ ਫਿਰ ਇੰਨੇ ਤੇ ਇਹਨਾਂ ਦੋਨਾਂ ਦਾ ਫਰਕ ਦੇਖੋ 950 ਤੋਂ ਲੈ ਕੇ 10:05 ਤੱਕ ਦਾ ਫਰਕ ਕਿੰਨਾ ਹੋਇਆ 15 ਮਿੰਟਾਂ ਦਾ ਫਰਕ ਹੋ ਗਿਆ ਬਸ ਆਪਾਂ ਇਹੀ ਲੈਣਾ ਆਪਾਂ ਲੈ ਲੈਨੇ ਵੀ ਡਿਸਟੈਂਸ ਮੰਨ ਲਓ ਇਹਦੇ ਆਫਿਸ ਤੇ ਘਰ ਦੇ ਵਿੱਚ ਦਾ ਕਿੰਨਾ ਹੋਗਾ ਡਿਸਟੈਂਸ ਹੋਗਾ x ਤਾਂ ਇੱਕ ਫਾਰਮੂਲਾ ਹੁੰਦਾ ਸਪੀਡ ਇਕੁਅਲ ਟੂ ਡਿਸਟੈਂਸ ਅਪਨ ਟਾਈਮ ਆਪਾਂ ਟਾਈਮ ਨੂੰ ਇਕੁਇਵੈਟ ਕਰਨਾ ਹੈ ਮਤਲਬ ਕਿ ਟਾਈਮ ਜਦੋਂ 16 ਕਿਲੋਮੀਟਰ ਦੀ ਰਫ਼ਤਾਰ ਹੋਵੇ ਟਾਈਮ ਜਦੋਂ 20 ਕਿਲੋਮੀਟਰ ਦੀ ਰਫ਼ਤਾਰ ਹੋਵੇ ਇਹਨਾਂ ਦੇ ਵਿੱਚ ਦਾ ਟਾਈਮ ਕਿੰਨਾ ਲੱਗੂਗਾ 15 ਮਿੰਟ ਲੱਗੋ ਕਿਉਂ ਜਦੋਂ 16 ਦੀ ਸਪੀਡ ਤੋਂ ਗਿਆ ਤਾਂ ਇਹ ਪਹੁੰਚੇ 5 ਮਿੰਟ ਲੇਟ ਤੇ ਜਦੋਂ 20 ਦੀ ਸਪੀਡ ਤੇ ਗਿਆ ਤਾਂ ਪਹੁੰਚੇ 10 ਮਿੰਟ ਛੇਤੀ ਤਾਂ ਇਹਨਾਂ ਦਾ ਡਿਫਰੈਂਸ ਆਬੀਸ ਜੀ ਗੱਲ ਹੈ 15 ਮਿੰਟ ਹੋ ਗਿਆ ਇਹ ਦੇਖੋ ਟਾਈਮ ਇਕੁਅਲ ਟੂ ਡਿਸਟੈਂਸ ਆਪਾਂ ਲਿਆ x ਸਪੀਡ ਹੋਗੀ 16 ਡਿਸਟੈਂਸੀ ਐਕਸ ਸਪੀਡ ਹੋਗੀ 20 ਤੇ 15 ਮਿੰਟ ਹੈ ਇਹਨੂੰ ਆਪਾਂ ਆਰਸ ਚ ਕੰਪਲੇਂਟ ਕੰਪਲੇਂਟ ਕਨਵਰਟ ਕਰ ਲੈਣਾ 20 ਤੇ 16 ਦਾ ਦੇਖੋ ਉਹ ਐਲਸੀਐਮ ਆਊਗਾ 80 16 ਪੰਜ 80 20 ਚੌਕ 80 ਇਹ ਆ ਗਿਆ 1/4 4 1 ਦਾ 4 4 2 ਦਾ 8 ਇਹ ਆ ਗਿਆ x ਦੀ ਵੈਲਿਊ ਆ ਗਈ ਜੀ 20 ਹਨੇਗੀ ਉਹਦੇ ਆਫਿਸ ਤੇ ਘਰ ਦੇ ਵਿਚ ਦਾ ਡਿਸਟੈਂਸ ਕਿੰਨਾ ਵਾ ਇਹ ਆਏਗਾ ਜੀ 20 ਕਿਲੋਮੀਟਰਸ ਸਾਰ ਨੂੰ ਸਮਝ ਆ ਗਈ करिएगा गल रिपीट करिए बहुत सिंपल सवाल है बहुत सौखा सवाल है रिपीट करिए कि नहीं करिए बस गल ध्यान रहनी जो भी लेट तो अरली होगा जब लेट तो हो हो लेट होया माइनस होगा अरली अरली हो माइनस होगा ये गल ध्यान रखनी है लेट प्लस अरली अरली प्लस लेट जिदा भी हो जो अड्ड अड हो मान लो लेट तो अरली क्योंकि अड्ड ही होए एल तो ई हमेशा प्लस होगा बाकी नहीं तो माइनस होगा समझ आ गई चली अगे या नहीं चलीए ਇਸ਼ੂ ਬੰਸਲ 1200 ਕੀ ਆਇਆ ਤੁਹਾਡਾ ਇਹ ਚਲੋ ਐਨੀਵੇ ਚਲੋ ਇੱਕ ਵਾਰੀ ਫੇਰ ਸਮਝਾ ਦਿੰਦਾ ਧਿਆਨ ਨਾਲ ਦੇਖੋ ਹੁਣ ਕੰਨ ਲਾ ਕੇ ਤਾਂ ਦੇਖੋ ਜਰਾ ਇਹ ਆ ਉਹਦਾ ਆਫਿਸ ਇਹ ਆ ਉਹਦਾ ਘਰ ਉਹਨੇ ਕਿਹਾ 16 ਕਿਲੋਮੀਟਰ ਪਰ ਆਰ ਦੀ ਸਪੀਡ ਤੋਂ ਜਾਂਦਾ ਹੈ ਤੇ ਉਹ ਇਹ ਹੋ ਜਾਂਦਾ 5 ਮਿੰਟ ਲੇਟ ਫਿਰ ਕਿ ਜਦੋਂ ਆਪਣੀ ਸਪੀਡ ਕਰਦਾ ਉਹ 20 ਕਿਲੋਮੀਟਰ ਪਰ ਆਰ ਫਿਰ ਉਹ ਹੁੰਦਾ ਕਿ ਨਾ 10 ਮਿੰਟ अर्ਲੀ ਯਾਨੀ ਕਿ ਛੇਤੀ ਤੁਹਾਨੂੰ ਜੇ ਸਮਝ ਆਵੇ ਵੀ ਨਾ ਤੁਸੀਂ ਇੱਕ ਗੱਲ ਨੋਟ ਗੱਠ ਬੰਨ੍ਹ ਲਓ ਲੇਟ ਪਲੱਸ अर्ਲੀ ਹੋਊਗਾ अर्ਲੀ ਪਲੱਸ ਲੇਟ ਹੋਊਗਾ ਲੇਟ ਮਾਈਨਸ ਲੇਟ अर्ਲੀ ਮਾਈਨਸ अर्ਲੀ ਆਹ ਹੈ ਕੀ ਹੈ ਇਧਰ ਦੇਖੋ ਲੇਟ ਹੈ ਇਹ अर्ਲੀ ਹੈ ਇਹ ਐਲ ਹੈ ਇਹ ਈ ਹੈ ਇਹਦਾ ਮਤਲਬ ਹੈ ਇਹ ਐਡ ਹੋਊਗਾ ਮਤਲਬ ਕਿ ਐਲ ਪਲੱਸ ਈ ਇਹ ਹੋ ਗਿਆ ਜੀ 15 ਮਿੰਟ ਹੁਣ 15 ਮਿੰਟ ਕੀ ਐ ਮੈਂ ਉਹੀ ਤੁਹਾਨੂੰ ਜਿਵੇਂ ਦੱਸਿਆ ਸੀ ਮੰਨ ਲਓ ਜੀ 10 ਵਜੇ ਦਾ ਆਫਿਸ ਲੱਗਣ ਦਾ ਟਾਈਮ ਹੁੰਦਾ ਇਹ ਆਇਆ 16 ਦੀ ਸਪੀਡ ਤੋਂ ਤਾਂ ਕਿਹਾ 5 ਮਿੰਟ ਲੇਟ ਹੋ ਗਿਆ ਮਤਲਬ ਕਿ 10:05 ਤੇ ਪਹੁੰਚਿਆ ਇਹ ਲੇਟ ਤੇ ਜਦੋਂ 20 ਦੀ ਸਪੀਡ ਤੇ ਆ ਤਾਂ 10 ਮਿੰਟ 6 ਤੇ ਆ ਗਿਆ ਇਹ ਕਿੰਨੇ ਤੇ ਆਇਆ ਹੋਣਾ 9:50 ਤੇ ਓਬਵੀਅਸ ਜੀ ਗੱਲ ਆ 10 ਵਜੇ ਤੋਂ 10 10 ਮਿੰਟ ਪਹਿਲਾਂ 9:50 ਹੀ ਹੁੰਦੇ ਆ ਇਹ ਆਇਆ ਜੀ अर्ਲੀ ਹੁਣ ਕੁਐਸਚਨ ਸੋਲਵ ਕਰਨਾ ਤਾਂ ਇਹਨਾਂ ਦੇਖਣਾ ਪੈਣਾ ਪੈਣਾ ਸਾਨੂੰ ਇਹ ਐ 5 ਇਹ ਆ ਦੱਸ ਤਾਂ ਜੀ ਇਹਨਾਂ ਦੇ ਵਿੱਚ ਦਾ ਡਿਫਰੈਂਸ ਕਿੰਨਾ ਹੋ ਗਿਆ a ਤੇ a ਆਪ ਹੀ ਦੇਖ ਲਓ 10 ਵਜ ਕੇ 5 ਮਿੰਟ ਮਾਈਨਸ 9 ਵਜ ਕੇ 50 ਮਿੰਟ ਡਿਫਰੈਂਸ ਆ ਗਿਆ ਜੀ 15 ਮਿੰਟ ਦਾ ਬਸ ਇਹੀ ਤਾਂ ਕੀਤਾ ਆਪਾਂ ਡਿਸਟੈਂਸ ਲੈ ਲਿਆ ਸੀ x ਡਿਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪਨ ਟਾਈਮ ਦਾ ਫਾਰਮੂਲਾ ਇਹ ਟਾਈਮ ਦਿੱਤਾ ਪਰ ਟਾਈਮ ਇਜ਼ ਇਕੁਅਲ ਟੂ ਡਿਸਟੈਂਸ ਅਪਨ ਸਪੀਡ ਸਪੀਡ 16 ਡਿਸਟੈਂਸ x ਮਾਈਨਸ ਸਪੀਡ 16 ਸੌਰੀ ਸਪੀਡ ਡਿਸਟੈਂਸ d ਤੇ ਸਪੀਡ x/16 x/20 15 ਇਹ ਮਿੰਟ ਹੈ ਤਾਂ ਮਿੰਟਸ ਆਰਸ ਚ ਕਰਨਾ ਤਾਂ 15/60 ਇਹਨੂੰ ਸੋਲਵ ਕਰੋ ਤੁਹਾਡਾ ਆਨਸਰ ਆ ਜਾਊਗਾ ਕਿੰਨਾ ਆਇਆ ਸੀ ਜੀ ਆਇਆ ਸੀ ਆਨਸਰ 20 ਠੀਕ ਹੈ ਜੀ 20 ਕਿਲੋਮੀਟਰ ਇਹ ਹੋ ਗਿਆ ਆ ਗਿਆ ਜੀ ਕਿਨੂੰ ਇਸ਼ੂ ਬੰਸ ਹੋ ਗਈ ਬਣ ਕੇ ਗੱਲ ਕੋਈ ਨਾ ਕੋਈ ਨਾ ਟੈਨਸ਼ਨ ਨਾ ਲੋ ਰਾਮ ਰਾਮ ਹੀ ਸਮਝ ਲੱਗਦੀ ਹੁੰਦੀ ਹੈ ਚੀਜ਼ ਐ ਨਹੀਂ ਐ ਦੇਖੋ ਪਹਿਲੀ ਵਾਰ ਚ ਤਾਂ ਸਭ ਕੁਝ ਹੀ ਔਖਾ ਲੱਗਦਾ ਤੁਹਾਨੂੰ ਕੀ ਲੱਗਦਾ ਕੋਈ ਵਿਰਾਟ ਕੋਹਲੀ ਜਦੋਂ ক্রিকেট ਫੜਿਆ ਹੁਣ ਬੈਟ ਉਹਨੇ ਉਹਨੂੰ ਕੀ ਲੱਗਿਆ ਹੁਣ ਬਹੁਤ ਸੌਖੀ ਚੀਜ਼ ਹੈ ਮਿਹਨਤ ਕਰਨੀ ਪੈਂਦੀ ਯਾਰ ਉਹਨੂੰ ਦੇਖੋ 2008 ਚ ਜਦੋਂ ਆਈਪੀਐਲ ਚ ਆਇਆ ਸੀ ਤੇ ਅਰਜੀ ਡੇਟ ਚ ਦੇਖੋ ਟਰਾਂਸਫਾਰਮੇਸ਼ਨ ਕੀਤੀ ਹੈ ਬਾਈ ਨੇ ਕਿਉਂਕਿ ਸ਼ਿੱਦਤ ਨਾਲ ਕੀਤੀ ਦਿਲ ਲਗਾ ਕੇ ਪੜਿਆ ਪੜਿਆ ਤਾਂ ਕਿ ਦਿਲ ਲਗਾ ਕੇ ਖੇਡੇ ਆਹੋ ਤਾਂ ਇਹ ਧਿਆਨ ਰੱਖੋ ਆਹ ਚੱਲਦੇ ਜੀ ਅਗਲੇ ਸਭਾਲ ਵੱਲ ਕਿਹਾ ਜੀ ਆਹ ਟ੍ਰੇਨ ਆ ਜਿਹੜੀ 300 ਮੀਟਰ ਲੰਬੀ ਹੈ 300 ਮੀਟਰ ਲੌਂਗ ਇਟ ਇਜ਼ ਰਨਿੰਗ ਐਟ ਅ ਸਪੀਡ ਆਫ 25 ਮੀਟਰ ਪਰ ਸੈਕਿੰਡ ਇਹ ਇੱਕ ਬ੍ਰਿਜ ਨੂੰ ਕਿੰਨੀ ਦੇਰ ਚ ਕਰੋਗੀ ਇਹ ਪ੍ਰੀਵियस ਇਅਰ ਸਵਾਲ ਹੈ ਬਹੁਤ ਸੌਖਾ ਜਿਹਾ ਸਵਾਲ ਆਇਆ ਸੀ ਬਟ ਤੁਹਾਨੂੰ ਇਹ ਕਿਹਾ ਆਪਾਂ ਵੇਫ ਕੋ ਬੰਨਣਾ ਨਹੀਂ ਤਾਂ ਇਹ ਦੱਸੋ ਆਂਡਾ ਜਾਣਾ ਇੱਕ ਟ੍ਰੇਨ ਹੈ ਇਟ ਇਜ਼ 20 ਇਟ ਇਜ਼ 300 ਮੀਟਰ ਲੰਬੀ ਤੇ ਇਹਦੀ ਸਪੀਡ ਹੈ 25 ਮੀਟਰ ਪਰ ਸੈਕਿੰਡ ਤਾਂ ਇਹ ਕ੍ਰਾਸ ਕਰੂਗੀ ਇੱਕ ਬ੍ਰਿਜ ਨੂੰ ਜਿਹਦੀ ਲੈਂਥ ਹੈ 200 ਮੀਟਰ ਕਿੰਨੀ ਦੇਰ ਚ ਪਹਿਲਾ ਦਫਾ ਸ਼ੁਰੂ ਕੀਤੀ ਹੈ ਜੀਕੇ ਕਮਲਪ੍ਰੀਤ ਸਿੰਘ ਟੈਂਸ਼ਨ ਲੈਣ ਦੀ ਲੋੜ ਨਹੀਂ ਹੈ ਦੇਖੋ ਮੈਂ ਇੱਕ ਗੱਲ ਕਹਿੰਨਾ ਦੇਖੋ ਪਿਛਲੇ ਸਾਲ ਦਾ ਆਪਾਂ ਸਿਲੇਬਸ ਦੇਖਿਆ ਤਾਂ 45 ਨੰਬਰਾਂ ਦਾ ਆਇਆ ਸੀ ਤੇ ਇੰਡੀਆ ਦੀ ਜੀਕੇ ਆਈ ਇਹਦੇ ਅੰਦਰ ਪੰਜਾਬ ਦੀ ਜੀਕੇ ਆਈ ਇਹਦੇ ਅੰਦਰ ਤੇ ਕਰੰਟ ਅਫੇਅਰ ਆਏ ਤੁਸੀਂ ਦੇਖ ਸਕਦੇ ਹੋ ਪੰਜਾਬ 247 ਤੇ ਆਪਾਂ ਪਿਛਲੇ ਪ੍ਰੀਵੀਅਸ ਇਅਰ ਦਾ ਐਨਾਲਿਸਿਸ ਕੀਤਾ ਮੈਂ ਆਨਸਰ ਤੱਕ ਦਿੱਤੇ ਹੋਏ ਆ ਕਰੰਟ ਅਫੇਅਰ ਦਾ ਟੁਕੜ ਇਹਦੇ ਅੰਦਰ ਆਈ ਹੈ 10 ਤੋਂ 12 ਨੰਬਰਾਂ ਦੀ ਆਈ ਹੈ ਤੇ ਇਹ ਮੈਂ ਗਾਰੰਟੀ ਲੈਂਦਾ ਜੇ 12 ਨੰਬਰ ਦੀ ਆਈ ਹੈ ਤੁਸੀਂ ਮੇਡੀਕਲ ਸਾਰੀ ਦੇਖ ਲਓ 10 ਨੰਬਰ ਤੁਹਾਡੇ ਪੱਕੇ ਨੇ ਇੰਨੀ ਮੈਂ ਗਾਰੰਟੀ ਲੈ ਸਕਦਾ 20 ਸੈਕਿੰਡ ਕਹਿੰਦੇ 3 ਅੱਛਾ 20 ਸੈਕਿੰਡ ਹੀ ਹੈ ਚਲੋ ਦੇਖੋ ਜੀ ਦਿੱਤਾ ਕੀ ਹੈ ਸਵਾਲ 'ਚ ਵੈਸੇ ਕਿਹਾ ਕਿ ਇੱਕ ਟ੍ਰੇਨ ਹੈ ਜਿਹਦੀ ਲੈਂਥ ਹੈ 300 ਮੀਟਰ ਦੀ ਤੇ ਉਹ ਭੱਜ ਰਹੀ ਹੈ 25 ਮੀਟਰ ਪਰ ਸੈਕਿੰਡ ਦੀ ਸਪੀਡ ਤੇ ਤੇ ਉਹ ਇੱਕ 200 ਮੀਟਰ ਲੰਬਾ ਜਿਹੜਾ ਬ੍ਰਿਜ ਹੈ ਉਹਨੂੰ ਕਿਵੇਂ ਕਿੱਦੇ ਟਾਈਮ 'ਚ ਸੋਲਵ ਕਰੂਗੀ ਆਪਾਂ ਕਿਦਾਂ ਕਰਾਂਗੇ ਇਹਨੂੰ ਆਪਾਂ ਕਹਿੰਦੇ ਕਿ ਟਾਈਮ ਸਪੀਡ ਇਸ ਇਕੁਅਲ ਟੂ ਡਿਸਟੈਂਸ ਅਪਾਨ ਟਾਈਮ ਫਾਰਮੂਲਾ ਹੁੰਦਾ ਜੀ ਮਤਲਬ ਕਿ ਟਾਈਮ ਡਿਸਟੈਂਸ ਸਪੀਡ ਹੋ ਗਿਆ ਤਾਂ ਟਾਈਮ ਦੀ ਥਾਂ ਟਾਈਮ ਡਿਸਟੈਂਸ ਕਿੰਨਾ ਕਵਰ ਕਰੂਗੀ ਡਿਸਟੈਂਸ ਕਿਹ ਹੈ 200 ਮੀਟਰ ਹੈ ਨਾ ਤਾਂ ਜੀ 200 ਸਪੀਡ ਹੋ ਗਈ 25 ਇਹ ਆ ਗਿਆ ਜੀ 25 8 200 ਠੀਕ ਹੈ ਜੀ ਇਹ ਆ ਗਿਆ ਆਨਸਰ ਇਹ ਤਾਂ ਆਪਸ਼ਨ ਹੀ ਹੈ ਨੀ ਕਹਦੇ ਸਰ ਤਾਂ ਐ ਨਹੀਂ ਕਰਦੇ ਆਪਾਂ ਜਦੋਂ ਵੀ ਐ ਦਿੱਤਾ ਹੋਵੇ ਨਾ ਵੀ ਟ੍ਰੇਨ ਦੀ ਸਪੀਡ ਵੀ ਦਿੱਤੀ ਹੈ ਤੇ ਬ੍ਰਿਜ ਦੀ ਸਪੀਡ ਵੀ ਦਿੱਤੀ ਹੈ ਇਹ ਹਮੇਸ਼ਾ ਐਡ ਹੋਊਗੀ ਐਡ ਹੋਣਾ ਪੈਂਦਾ ਤਾਂ ਐ ਨਹੀਂ ਕਰੂਗੇ ਜਿਹੜਾ ਡਿਸਟੈਂਸ ਇਸ ਸਾਹ ਡਿਸਟੈਂਸ ਦੀ ਸਾ ਆਪਾਂ ਟਾਈਮ ਇਸ ਡਿਸਟੈਂਸ ਕਿੰਨਾ ਇੱਕ ਤਾਂ ਟ੍ਰੇਨ ਦੀ ਲੈਂਥ ਹੋ ਗਈ 300 ਇੱਕ ਹੋ ਗਈ ਬ੍ਰਿਜ ਦੀ ਲੈਂਥ 200 ਤੇ ਡਿਵਾਈਡ ਬਾਈ ਸਪੀਡ ਕਿੰਨੀ ਹੈ 25 ਇਹ ਧਿਆਨ ਰੱਖਣਾ ਸਾਰਾ ਨੇ ਵੀ ਐਡ ਹੋ ਗਈ ਲੈਂਥ 500 ਬਾਈ 25 ਇਹ ਆ ਗਿਆ ਕਿੰਨਾ ਇਹ ਆ ਗਿਆ ਜੀ 20 ਸੈਕਿੰਡ 3 ਇਹ ਆ ਗਿਆ ਜੀ ਸਮਝ ਚੱਲੀ ਅੱਗੇ ਕਿਹੜੀ ਵਾਲੀ ਸਵੇਰ ਕਲਾਸ ਵਾਲੀ ਵੀਰੇ 5 8 ਵਜੇ ਰੱਖਦੀ ਐ ਸੋਏ ਰੋਜ਼ ਸਵੇਰੇ 8 ਵਜੇ ਕਰੰਟ ਅਫੇਅਰ ਦੀ ਕਲਾਸ ਸੋਮਵਾਰ ਤੋਂ ਸ਼ਨੀਵਾਰ ਜੇ ਆਪਾਂ ਜੇ ਡਿਮਾਂਡ ਹੁੰਦੀ ਐ ਤਾਂ ਆਪਾਂ ਸੰਡੇ ਨੂੰ ਵੀ ਆਪਾਂ ਵਧੀਆ ਜਿਹਾ ਇੱਕ ਸੈਸ਼ਨ ਬਣਾ ਕੇ ਦੇ ਦਿੰਨੇ ਆ ਜਿਵੇਂ ਬੁక్స్ ਐਂਡ ਆਥਰ ਇਸ ਵਾਰੀ ਆਪਾਂ ਭਾਰਤ ਰਤਨ ਤੇ ਪਦਮਾ ਵਾਰਡ ਦਾ ਸੈਸ਼ਨ ਬਣਾਇਆ ਸੀ ਤਾਂ ਵੈਸੇ ਮੰਡੇ ਟੂ ਸੈਟਰਡੇ ਤਾਂ ਲੱਗਣੀ ਲੱਗਣੀ ਐ ਸੰਡੇ ਆ ਹੁੰਦਾ ਵੀ ਕਿਸੇ ਦੀ ਡਿਮਾਂਡ ਆ ਗਈ ਵੀ ਸਰ ਇਹ ਤੇ ਵੀਡੀਓ ਬਣਾ ਦਿਓ ਤਾਂ ਉਹ ਤੇ ਬਣ ਜਾਂਦੀ ਐ ਠੀਕ ਐ ਜੀ ਬ੍ਰਿਡ ਦੀ ਸਪੀਡ ਨਿਊਜ਼ੀਲੈਂਡ ਆਹੋ ਯਾਰ ਸਮਝ ਲੈ ਕਹਿੰਦਾ ਭਾਵਨਾਵਾਂ ਨੂੰ ਸਮਝੋ तो इसमें बस ऐसा है देख लो यार ब्रिज की लेंथ भी ऐड होगी और ट्रेन की लेंथ भी ऐड होगी अगर इसमें लिखा होता कि कोई ट्रेन और ऐसे आ रही है तो भी उसकी लेंथ ऐड होती है अगर बोलता है कि ट्रेन ऐसे जा रही है एक साइड में तब भी उनकी लेंथ ऐड होती ठीक है चलो अगला सवाल देखो एन आर्टिकल इज इक्वल टू फाइव बाई फोर परसेंट ऑफ इट्स परचेज प्राइस ਤਾ ਜੀ ਪ੍ਰੋਫਿਟ ਪਰਸੈਂਟੇਜ ਕੱਢੋ ਪਹਿਲਾਂ ਕੀ ਹੋਊਗਾ ਧਿਆਨ ਨਾਲ ਕਿਤੇ ਕਿਹਾ ਕਿ ਐਸਪੀ ਆਫ ਐਨ ਆਰਟੀਕਲ ਇਸ ਇਕੁਅਲ ਟੂ 5/4 ਆਫ ਇਟਸ ਪਰਚੇਸ ਪ੍ਰਾਈਸ ਤਾਂ ਇਹਦਾ ਪ੍ਰੋਫਿਟ ਪਰਸੈਂਟੇਜ ਕੱਢੋ ਕਿੰਨਾ ਹੋਊਗਾ ਬਹੁਤ ਸਿੰਪਲ ਜਿਹਾ ਸਵਾਲ ਹੈ ਬਹੁਤ ਹੀ ਸੌਖਾ ਸਵਾਲ ਹੈ ਇਹਨੂੰ ਧਿਆਨ ਨਾਲ ਕਰਿਆ ਜੇ ਕੋਈ ਗੰਧ ਨਹੀਂ ਪਾਣਾ ਕਿਸੇ ਨੇ ਗਾਂ ਨਹੀਂ ਪਾਣਾ ਜਿੱਦਾਂ ਪੜ ਰਿਹਾ ਵਸ ਇਦਾਂ ਹੀ ਪੜੇ ਰਹੋ ਸਾਰੇ ਪੇਪਰ ਕੀ ਤੁਸੀਂ ਮੈਂ ਕਹੂੰ ਕਰ ਦਿਆਂ ਨੂੰ ਵੀ ਤੁਸੀਂ ਕਹੋਗੇ ਵੀ ਤੁਸੀਂ ਵੀ ਦੇ ਲੋ ਪੇਪਰ ਮੈਂ ਤੁਹਾਨੂੰ ਪੜਾਉਣਾ ਸ਼ੁਰੂ ਕਰ ਦਿੰਦਾ ਹੁਣ ਕਰੰਟ ਦੀ ਪੀਡੀਐ ਸੁਖਵਿੰਦਰ ਸਿੰਘ ਜੀ 500 ਸਵਾਲਾਂ ਬਾਅਦ ਮਿਲੂਗੀ ਮੈਂ ਕਲਾਸ 'ਚ ਵੀ ਦੱਸਿਆ ਸੀ ਆਫਟਰ 500 ਕੁਐਸਚਨ ਤੁਹਾਨੂੰ ਮਿਲੂਗੀ ਇੱਕ ਕਹਿੰਦਾ 20 ਬਾਕੀ ਕਹਿੰਦੇ 25 ਅੱਛਾ ਇੱਕ ਕਹਿੰਦਾ 20 ਬਾਕੀ ਕਹਿੰਦੇ 25 ਤਾਂ ਕਿਹਾ ਜੀ ਐਸਪੀ ਆਫ ਐਨ ਆਰਟੀਕਲ ਇਜ਼ 5/4 ਆਫ ਇਟਸ ਪਰਚੇਸ ਪ੍ਰਾਈਸ ਤਾਂ ਕਹਿੰਣ ਕਿ ਕਈ ਸਰ ਪਰਚੇਸ ਪ੍ਰਾਈਸ ਹੁੰਦਾ ਕੀ ਇਹ ਪਰਚੇਸ ਪ੍ਰਾਈਸ ਦਾ ਮਤਲਬ ਜਿਸ ਰੇਟ ਤੇ ਤੁਸੀਂ ਲੈਂਦੇ ਹੋ ਤੁਸੀਂ ਮੰਨ ਲਓ ਦੁਕਾਨਦਾਰ ਮੈਂ ਤੁਹਾਡੇ ਤੋਂ ਆ ਮਾਊਸ ਲਿਆ ਇਹ ਮੈਂ ਲਿਆ ਇਹ ਹੁੰਦਾ ਹੈ ਪਰਚੇਸ ਪ੍ਰਾਈਸ ਤਾਂ ਮਤਲਬ ਕਿ ਪਰਚੇਸ ਪ੍ਰਾਈਸ ਮਤਲਬ ਮੈਨੂੰ ਕਿੰਨੇ ਦਾ ਪੈ ਗਿਆ ਮੈਨੂੰ ਪੈ ਗਿਆ ਇਹ ਜਿੰਨੇ ਦਾ ਵੀ ਪਿਆ ਤਾਂ ਇਹ ਹੋ ਜਾਊਗਾ ਸੀਪੀ ਮਤਲਬ ਕਿ ਐਸਪੀ ਸੀਪੀ ਇਕੁਅਲ ਟੂ 5/4 ਹੋ ਗਿਆ ਬਸ ਇਹ ਤਾਂ ਕੁਝ ਵੀ ਨਹੀਂ ਸਵਾਲ ਚ ਐਸਪੀ ਇਹ ਹੈ ਸੀਪੀ ਇਹ ਹੈ ਬਸ ਕਿਸੇ ਨੂੰ ਵੀ ਪਤਾ ਹੋਣਾ ਇਹ ਤਾਂ ਪ੍ਰੋਫਿਟ ਪਰਸੈਂਟੇਜ ਦਾ ਫਾਰਮੂਲਾ ਕੀ ਹੁੰਦਾ ਐਸਪੀ ਮਾਈਨਸ ਸੀਪੀ ਅਪ ਓਨ ਸੀਪੀ ਇੰਟੂ 100 ਹੁੰਦਾ ਜੀ ਪ੍ਰੋਫਿਟ ਪਰਸੈਂਟੇਜ ਦਾ ਫਾਰਮੂਲਾ ਜਿੰਨੂੰ ਨਹੀਂ ਪਤਾ ਉਹਨਾਂ ਲਈ ਦੇਖ ਲਓ ਤਾਂ 5 4 4 100 ਤਾਂ ਜੀ ਆਨਸਰ ਕਿੰਨਾ ਆ ਗਿਆ ਆਨਸਰ ਆ ਗਿਆ ਜੀ 25 ਪ੍ਰਤੀਸ਼ਤ ਚਲੋ ਆ ਦੇਖੋ 33% ਆਫ a 55% ਆਫ b ਦੈਨ ਫਾਈਂਡ ਦਾ ਰੇਸ਼ੋ ਆਫ a ਐਂਡ b ਆ ਕਿੰਨਾ ਘਟਿਆ ਸਵਾਲ ਇਹ ਨਹੀਂ ਕਰਦੇ ਆਪਾਂ ਯਾਰ ਬਹੁਤ ਘਟਿਆ ਸਵਾਲ ਹੈ ਇਹ ਆ ਕਰੋ ਚਲੋ ਮੜਾ ਜੀ ਥੋੜੀ ਕੈਲਕੂ ਦੇਖ ਲਈਏ ਮੇਜਰਮੈਂਟਸ ਕਿੰਨੇ ਕਿਵੇਂ ਚੱਲਦੀਆਂ ਤੁਹਾਡੀਆਂ ਸਾਰਿਆਂ ਦੀ 24 ਗ੍ਰਾਮ ਇਜ਼ ਵਟ ਪਰਸੈਂਟ ਆਫ 6 ਕਿਲੋ 24 ਗ੍ਰਾਮ ਇਜ਼ ਵਟ ਪਰਸੈਂਟ ਆਫ 6 ਕਿਲੋ 10 ਕਿਵੇਂ ਆਇਆ ਆਨਸਰ ਤੋਂ ਤੁਹਾਡਾ ਮਤਲਬ 10 ਆਇਆ ਆਨਸਰ ਪੁੱਛ ਨਹੀਂ ਰਿਹਾ 10 ਕਿਵੇਂ ਆਇਆ 10 ਕਿਵੇਂ ਆਇਆ ਤੁਹਾਡਾ ਆਨਸਰ ਰਿਪੀਟ ਕਰੀਏ ਜੇ ਕਹਿੰਨੇ ਹੋ ਤਾਂ ਡੀ ਹੰਸ ਨੂੰ ਕਹਿਣ ਦੀ ਲੋੜ ਸੀ ਵਾ ਡੀ ਹੰਸ ਨੇ ਮੇਸੇਜ ਹੀ ਲੈ ਲਿਆ ਵਾਪਸ ਕਹਿੰਦਾ ਮਨਦੀਪ ਸਿੰਘ ਦਾ ਪੁਆਇੰਟ 4 ਸੁਖਿੰਦਰ ਸਿੰਘ ਦਾ ਪੁਆਇੰਟ ਸੁਖਿੰਦਰ ਸਿੰਘ ਦਾ 1.4 ਅੱਛਾ ਕਮਲਪ੍ਰੀਤ ਸਿੰਘ ਵੀ ਪੁਆਇੰਟ 4 ਇਸ਼ੂ ਬੰਦ ਦਾ ਪੁਆਇੰਟ ਵਾ ਹਾਂਜੀ ਬਿਲਕੁਲ ਦੇਖੋ ਕੁਝ ਨੀ ਸਵਾਲ ਜੇ ਮੈਂ ਥੋੜੀ ਜੀ ਮੈਂ ਥੋੜੀ ਮੈਜ਼ਰਮੈਂਟ ਚੈੱਕ ਕਰਨੀ ਸੀ 1 ਕਿਲੋ ਚ ਹੁੰਦੇ ਆ ਕਿੰਨੇ ਜੀ 1 ਕਿਲੋ ਚ ਹੁੰਦੇ ਆ ਜੀ 1000 ਗ੍ਰਾਮ ਹੁੰਦੇ ਆ ਤਾਂ ਕਿਹਾ ਕਿ 24 ਗ੍ਰਾਮ ਜਿੰਨੇ ਕਿਲੋ ਮਤਲਬ 24 ਗ੍ਰਾਮ ਇਸ ਵਟ ਪਰਸੈਂਟ ਆਫ 6 ਕਿਜੀ ਤਾਂ 6 ਕਿਜੀ ਦਾ ਮਤਲਬ ਹੋ ਗਿਆ 6000 ਗ੍ਰਾਮ ਤੇ ਆ ਗਏ 6000 100 ਇਹੋ ਜਿਹੇ ਟੁੱਟੇ ਸਵਾਲ ਵੀ ਆ ਜਾਂਦੇ ਤਾਂ ਧਿਆਨ ਰੱਖਣਾ ਓਵਰ ਐਕਸਾਈਟਿਡ ਨਹੀਂ ਹੋ ਜਾਣਾ ਬਹੁਤ ਕੱਟਿਆ ਸਵਾਲ ਆਉਂਦੇ ਕਈ ਵਾਰੀ ਅਗਲਾ ਚਲੋ ਆਹ ਕਰੋ ਹੋ ਜਾਈ ਸਵਾਲ ਆ ਗਿਆ ਇਹ ਬਹੁਤ ਸੋਕਾ ਸਵਾਲ ਕਹਿੰਦੇ 21 women can do a work in 16 din 20 ਔਰਤਾਂ ਨੇ ਜਿਹੜੀ 16 ਦਿਨਾਂ ਚ ਕੰਮ ਕਰਦੀਆਂ ਨੇ ਤੇ 16 ਆਦਮੀ ਨੇ ਉਹੀ ਕੰਮ 15 ਦਿਨਾਂ ਚ ਕਰਦਿਆਂ ਨੇ ਇਧਰ ਰੇਸ਼ੋ ਦੱਸੋ ਕਪੈਸਿਟੀ ਆਫ ਅ ਮੈਨ ਐਂਡ ਅ ਔਮਨ ਦਾ ਡੀ ਹੰਸ ਨੋ ਰਿਪੀਟ ਸਰ ਕੀ ਨੋ ਰਿਪੀਟ ਕਰੋ ਕੀ ਮਤਲਬ ਹੈ ਦਾ ਆ ਕਰੋ ਸਵਾਲ ਬਹੁਤ ਸੋਹਣਾ ਸਵਾਲ ਸੋਹਣਾ ਤਾਂ ਕੀ ਹੈ ਸੌਖਾ ਜਿਹਾ ਸਵਾਲ ਹੈ ਜਿਹਨੇ ਜਿਹਦੇ ਕਨਸੈਪਟ ਦੇ ਕਲੀਅਰ ਹੋਏ ਕਨਸੈਪਟ ਦੀ ਵੀ ਲੋੜ ਨਹੀਂ ਜਿਹਨੇ ਮੇਰਾ ਪਹਿਲਾ ਕੁਐਸਚਨ ਦੇਖਿਆ ਹੋਵੇ ਟਾਈਮ ਐਂਡ ਵਰਕ ਵਾਲਾ ਉਹਦੇ ਲਈ ਵੀ ਸੌਖਾ ਹੀ ਹੈ ਇਹ ਗੁਰਪ੍ਰੀਤ ਭਾਜੀ ਨੇ ਤਾਂ ਕੱਟ ਕੇ ਵੀ ਮਾਰਿਆ ਕਹਿੰਦੇ ਜੀ ਇਹ ਕਹਿੰਦੇ ਜੀ 3:4 ਅੱਛਾ ਇੰਨਾ ਸੌਖਾ ਸਵਾਲ ਐ ਨਾ ਕਰੋ ਯਾਰ ਇੰਨਾ ਟਾਈਮ ਇੱਕ ਦਾ ਆਇਆ ਇੱਕ ਦਾ ਆਇਆ ਵੀ ਵੈਰੀ ਗੁੱਡ ਇਹ ਬਣ ਗਈ ਗੱਲ ਅੱਜ ਕਮਲਪ੍ਰੀਤ ਦਾ ਵੀ ਫੇਰ ਇਹ ਆ ਗਿਆ ਹੈ ਕੀ ਬਣੂ ਵਾਹਿਗੁਰੂ ਕਦੇ ਇਹ ਕਦੇ ਵੀ ਹਮ ਕਰੋ ਕਰੋ ਹੋਰ ਸੋਲਵ ਕਰੋ ਆਰਾਮ ਨਾਲ ਕਰੋ ਸੌਲਟ ਕਾਲੀ ਨਹੀਂ ਕਰਨੀ ਕਹਾਲੀ ਨਹੀਂ ਕਰਨੀ ਕਾਪੀਆਂ ਕਾਲੀਆਂ ਨਾ ਕਰੋ ਕਾਪੀਆਂ ਕੱਲੀ ਕਾਲੀਆਂ ਕਰਨ ਤੋਂ ਫਾਇਦਾ ਨਹੀਂ ਹੈ ਦਿਮਾਗ ਨੂੰ ਵੀ ਥੋੜਾ ਦਿਮਾਗ ਅਲੇ ਕੋਡੇ ਵੀ ਥੋੜੇ ਤੇਜ਼ ਦੜਾਓ

ਕੀ ਲੱਗਿਆ ਓ ਖਾਦੇ ਚ ਮੈਨੂੰ ਦੱਸੋ ਹੁਣ। ਕਿਆ ਹੱચી ਜੋ ਅੱਖੀ ਲੱਗੀ ਇਸਮੇ? 4:3 ਜਿਸਕਾ ਆਇਆ ਕਿਆ ਟਫ ਥਾ ਇਸਮੇ? ਸੋਨੀਆ ਬੰਸਲ ਹੋ ਗਿਆ, ਇਸ਼ੂ ਬੰਸਲ ਦਾ 4:3। ਕਿਆ ਔਖਾ ਹੈ ਇਸਮੇ ਬਤਾਓ ਯਾਰ। ਕਮਲਪ੍ਰੀਤ ਸਿੰਘ 4:3, ਪ੍ਰੀਆ 4:3, ਮਨਦੀਪ ਸਿੰਘ 4:3, ਰਾਜਵੀਰ ਕੌਰ 4:3 ਕਿਵੇਂ ਆਇਆ ਤੁਹਾਡਾ 4:3 ਮੈਨੂੰ ਦੱਸੋ ਮਾੜਾ ਜਿਹਾ। ਐਡਾ ਸੌਖਾ ਸਵਾਲ। ਮੈਂ ਉਹੀ ਕਿਹਾ ਕਿ ਪੇਪਰ ਨਾ ਬੰਦਲ ਨਾ ਜਿਓ ਏਡਾ ਸੌਖਾ ਸਵਾਲ ਦੇ ਕੇ ਕਹਿਣ ਕਿ ਸਰ ਸੌਖਾ ਸਵਾਲ ਮੈਨੂੰ ਕਹਿੰਦੇ ਸਰ ਸੌਖੇ ਸਵਾਲ ਨੇ ਆ ਦੇਖੋ ਸੌਖਾ ਸਵਾਲ ਸੀ ਕਿੰਨਿਆਂ ਨੇ ਗਾ ਪਤਾ ਕਿੰਨਿਆਂ ਨੇ 4:3 ਕੀਤਾ ਸੌਰੀ 4:3 ਹੀ ਹੈ ਕਿੰਨਿਆਂ ਨੇ 3:4 ਕਿਹਾ ਮੇਰਾ ਵੀ ਦਿਮਾਗ ਬੰਦਲ ਰਿਹਾ ਕਿੰਨਿਆਂ ਨੇ 4:3:4 ਆਈ ਟੇਕ ਮਾਈ ਵਰਡਸ ਬੈਕ ਜਿਨ੍ਹਾਂ ਜਿਨ੍ਹਾਂ ਨੇ ਕਿਹਾ ਕਿੰਨਿਆਂ ਨੇ 3:4 ਕਿਹਾ ਆਨਸਰ ਹੈ 4:3 3:4 ਕਿੰਨਿਆਂ ਨੇ ਕਿਹਾ ਇਹ ਦੱਸੋ ਮੜਾ ਜਾ ਹਾਂਜੀ ਹਾਂਜੀ ਮੈਨ ਇਸ ਟੂ ਔਮਨ ਇਹ ਧਿਆਨ ਰੱਖਣਾ 4:3 ਇਹ ਕਿੰਨਿਆਂ ਨੇ 3:4 ਕਿਹਾ ਹਾਂ ਹਾਂ ਚਲੋ ਮੈਂ ਤੁਹਾਡੇ ਲਈ ਸਵਾਲ ਬਣਾਇਆ ਸੀ ਵੀ ਮੈਂ ਕਿ ਬੱਚੇ ਕਨਫਿਊਜ਼ ਹੋਣਗੇ ਆਪ ਵੀ ਇਧਰ ਕਨਫਿਊਜ਼ ਹੋ ਗਿਆ ਠੀਕ ਹੈ ਸਾਰਾ ਤਾਂ ਠੀਕ ਹੈ ਰਹਿਣਾ ਕਰੋ 3 2 4 ਵਾਲੇ ਧਿਆਨ ਦੇਣ ਥੋੜਾ ਮੈਂ ਸਵਾਲ ਬਣਾ ਕੇ ਆਪ ਹੀ ਆਪਣੇ ਚੱਕਰ ਵਿੱਚ ਫਸ ਗਿਆ ਕੋਈ ਨਾ ਚਲੋ ਇਹ ਦੇਖੋ on selling an apple for 1170 rupees ਇੱਕ ਸ਼ੌਪਰ ਇੱਕ ਸ਼ੌਪ ਕੀਪਰ ਨੂੰ ਹੁੰਦਾ ਜੀ 10 ਪ੍ਰਤੀਸ਼ਤ ਦਾ ਲਾਸ ਤਾਂ ਦੱਸੋ ਜੀ ਸੇਲਿੰਗ ਪ੍ਰਾਈਸ ਕੀ ਰੱਖਣਾ ਚਾਹੀਦਾ ਵੀ ਉਹ ਤੋਂ ਹੋਵੇ ਉਹਨੂੰ 20% ਦਾ ਪ੍ਰੋਫਿਟ ਹਾਂਜੀ ਯਾਰ ਕਹਤਾ ਮੈਂ ਇੰਦਰਪਾਲ ਸੋਨੀਆ ਬੰਸਲ 4:3 ਠੀਕ ਹੈ 3:4 ਗਲਤ ਹੈ ਮੈਂ ਕਿਹਾ ਤਾਂ ਤੁਹਾਡੇ ਲਈ ਮੈਂ ਬਣਾਇਆ ਚੱਕਰ ਵੀ ਹੋ ਵਿੱਚ ਮੈਂ ਆਪ ਹੀ ਫਸ ਗਿਆ ਰਾਜਵੀਰ ਔਰ ਕਿਵੇਂ ਹੋਵੇਗਾ 3:5 ਮੈਂ ਦੋਸਤ ਸਵਾਲ ਚ ਕਿਹਾ ਮੈਨ ਇਸ ਟੂ ਊਮਨ ਮੈਨ ਦੀ ਰੇਸ਼ੋ ਹੈ 4 ਊਮਨ ਦੀ ਰੇਸ਼ੋ ਹੈ 3 ਤਾਂ ਸਿੱਧੀ ਜੀ ਗੱਲ ਹੈ ਐਮ ਇਸ ਟੂ ਡਬਲ ਕੱਢਣਾ ਸੀ ਤਾਂ ਜੀ ਕਿ 4 2:3 ਹੋਵੇਗਾ ਤਾਂ ਆਨਸਰ ਤਾਂ ਇਹੀ ਹੋਇਆ ਨਾ 3:4 ਕਿੱਦਾਂ ਆ ਗਿਆ ਕੀ ਕਰਦੇ ਜੇ ਕੀ ਕਰਦੇ ਜੇ 1560 ਆ ਗਿਆ ਜੀ ਯਾਰ ਤੁਸੀਂ ਆ ਤਾਂ ਮੇਰੀ ਗੱਲਾਂ ਸੁਣ ਨਹੀਂ ਰਹੇ ਮੈਂ ਕਹਿ ਕੀ ਰਿਹਾ ਜਾਂ ਤੁਸੀਂ ਪਤਾ ਨਹੀਂ ਕੀ ਕਰ ਰਹੇ ਚਲੋ ਇਹ ਸਵਾਲ ਵੱਲ ਚੱਲੀਏ ਕਹਿੰਦੇ ਆਨ ਸੈਲਿੰਗ ਐਨ ਆਰਟੀਕਲ ਫਾਰ 1170 ਇੱਕ ਬੰਦੇ ਨੂੰ ਹੁੰਦਾ ਜੀ 10% ਦਾ ਲਾਸ ਹੁੰਦਾ ਉਹਨੂੰ 10% ਦਾ ਲਾਸ ਹੁੰਦਾ ਦੇਖੋ ਦੋ ਕੁਛ ਤਰੀਕੇ ਨੇ ਮੈਂ ਸਭ ਤੋਂ ਬੇਸਿਕ ਤੋਂ ਕਰਾਉਂਗਾ ਤੁਹਾਨੂੰ ਜਿਆਦਾ ਤੁਹਾਨੂੰ ਘੁੰਮਣ ਦੀ ਇਧਰ ਤੇ ਜਾਣ ਦੀ ਲੋੜ ਨਹੀਂ 10% ਦਾ ਲਾਸ ਹੈ ਮਤਲਬ ਕਿ 1170 ਜੋ ਹੈ ਉਹ ਹੈ ਜੀ 90% ਦੀ ਕੀਮਤ ਹੈ ਉਹ ਤੇ ਸਾਨੂੰ ਕੱਢਣਾ ਪੈਣਾ ਹੁਣ 100% ਇਹ ਕੱਢੋ 1170 100 90 ਇਹ ਕੱਢੋ ਕਿੰਨਾ ਹੋਊਗਾ ਤੁਹਾਡਾ ਸਾਰਿਆਂ ਦਾ ਏ ਉਹ ਗੱਲ 1300 ਹੁਣ 1300 ਆ ਗਿਆ ਤਾਂ ਦੀ 1300 ਦਾ ਕਿੰਨਾ ਕੱਢਣਾ 1300 ਤੋਂ ਕੱਢਣਾ ਇਹਨਾਂ ਨੇ 20% ਪ੍ਰੋਫਿਟ ਯਾਨੀ ਕਿ ਏ ਏ ਆ ਗਿਆ ਜੀ ਤੁਹਾਡਾ 1560 ਰੁਪਇਆ ਏ ਸੀ ਸਵਾਲ ਬਸ ਇੰਨਾ ਕੁ ਸੀ ਸਵਾਲ 1560 ਸਾਰੇ ਦਾ ਗਏ ਤਾਂ ਚਲੋ ਬਹੁਤ ਵਧੀਆ ਚਲੋ 20% ਆਫ a 35% ਆਫ b ਫਾਈਂਡ ਦਾ ਰੇਸ਼ੀਓ ਆਫ a ਟੂ b ਉਹ ਫੇਰ ਉਹ ਜਈ ਸੌਖਾ ਜਿਹਾ ਸਵਾਲ ਚਲੋ ਇਹ ਤਾਂ ਕਰ ਹੀ ਲੋ ਇੱਕ ਹੁਣ ਸਵਾਲ ਪਾਏ ਹੋਏ ਨੇ ਕਰਨੇ ਤਾਂ ਪੈਣੇ ਹੀ ਆ ਇਫ 20% ਆਫ a 35% ਆਫ b ਤਾਂ ਜੀ ਰੇਸ਼ੀਓ ਕੱਢੋ a:b ਦਾ ਬਹੁਤ ਸੌਖਾ ਸਵਾਲ ਕਰੋ ਹਾਂ ਮੈਂ ਬਾਈ ਕੱਬਾ ਹੋ ਰਿਹਾ ਆਹੋ ਇੱਥੇ ਲਿਖ ਲੈ 120r ਖੁਸ਼ ਰਹਿ ਤੂੰ ਐ ਵੀ ਕਰ ਲੋ ਬਾਈ ਕਹਿੰਦਾ ਸਰ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਦੱਸਦਾ ਇੱਕ ਲੈਂਚ ਕਿਵੇਂ ਕਰਦੇ ਆ ਅ 3/4 ਦਾ 12 9/4 ਦਾ 36 ਠੀਕ ਹੈ ਜੀ ਹੋਰ ਕਰ ਲੋ 10% ਦਾ ਲਾਸ ਮਤਲਬ ਕਿ ਇਹ ਸੀਪੀ ਹੋ ਗਿਆ ਇਹ ਲਾਸ ਹੋ ਗਿਆ ਮਤਲਬ ਕਿ ਐਸਪੀ ਆ ਗਿਆ ਸੀਪੀ ਮਾਈਨਸ ਲਾਸ ਐਸਪੀ ਦੀ ਵੈਲਿਊ ਆ ਗਈ 9 ਮਤਲਬ ਕਿ 9 ਦੀ ਵੈਲਿਊ ਜੇ 107 ਕਿੰਨੀ ਹੈ 1170 ਰਹਿਤਾ ਇਹਨਾਂ ਨੇ ਕਿਹਾ 12 ਕੱਢਣਾ ਇਹ ਉਹੀ ਗੱਲ ਹੋ ਗਈ ਤਾਂ 12 ਦੀ ਕੱਢੋ ਕਿੰਨੀ ਹੋਗੀ ਆ ਆ ਗਿਆ ਤੁਹਾਡਾ ਇੱਕ ਹੋਰ ਤਰੀਕਾ ਤਿੰਨ ਤਰੀਕੇ ਹੋਗੇ ਕਿਸੇ ਤਰੀਕੇ ਨਾਲ ਕਰ ਲੋ ਆਨਸਰ ਤੁਹਾਡਾ 1560 ਹੀ ਆਊਗਾ ਠੀਕ ਹੈ ਇਹ ਬਹੁਤ ਸੌਖਾ ਸਵਾਲ ਇਫ 20% ਆਫ A ਇਸ ਇਕੁਅਲ ਟੂ 35% ਆਫ B ਤਾਂ ਰੇਸ਼ੋ ਕੱਢਣਾ ਪਤਾ ਨਹੀਂ ਕਿਉਂ 5 4 25 7, 35 A B ਦੀ ਵੈਲਿਊ ਆ ਗਈ 7:4 ਤੇ ਹੁਣ ਚੈੱਕ ਕਰ ਲਿਆ A B ਪੁੱਛਿਆ ਕੀ B A ਪੁੱਛਿਆ A B ਪੁੱਛਿਆ ਤਾਂ ਜੀ 7:4 ਹੀ ਆਨਸਰ 4:7 ਵਾਲਾ ਤਾਂ ਨਹੀਂ ਹੈ ਕੋਈ ਚਲੋ ਧੰਨਵਾਦ ਰੱਬ ਦਾ ਹੈ ਕਿਹੜਾ ਠੀਕ ਹੈ ਜੀ ਰਜਤ ਕੰਬੋਜ ਵਧੀਆ ਵਧੀਆ ਕਰਤਾ ਮੈਂ ਰਜਤ ਭਾਈ ਇਹ ਕਿਵੇਂ ਲੱਗਿਆ ਇਹਰੇ ਵਾਲਾ 10 ਤਰੀਕਾ ਹੈ ਮਨਜ਼ੂਰੀ ਚਲੋ ਅਗਲਾ ਸਵਾਲ ਦੇਖੋ ਕਹਿੰਦੇ ਜੀ ਬਾਈ ਸੈਲਿੰਗ 33 ਆਰਟੀਕਲ ਦਾ ਲਾਸ ਇਨਕਰਡ ਬਾਈ ਦਾ ਟਰੇਡਰ ਇਸ ਇਕੁਅਲ ਟੂ ਐਸਪੀ ਆਫ 11 ਆਰਟੀਕਲ 33 ਚੀਜ਼ਾਂ ਨੂੰ ਵੇਚ ਕੇ ਵਪਾਰੀ ਦੁਆਰਾ ਜਿਹੜਾ ਨੁਕਸਾਨ ਹੁੰਦਾ ਉਹ 11 ਚੀਜ਼ਾਂ ਦੇ ਐਮ ਐਸ ਪੀ ਦੇ ਬਰਾਬਰ ਹੈ ਨੁਕਸਾਨ ਦੀ ਪ੍ਰਤੀਸ਼ਤਤਾ ਲੱਭੋ ਫਾਈਂਡ ਦਾ ਲਾਸ ਪਰਸੈਂਟੇਜ ਆ ਕਰੋ ਬਹੁਤ ਬਈ ਵਧੀਆ ਸਵਾਲ ਹੈ ਥੋੜਾ ਗੁੱਡ ਗੁੱਡ ਕੁਐਸਚਨ ਐਕਸ ਮੈਂ ਕਿਸੇ ਨੂੰ ਨਹੀਂ ਮੰਨਿਆ ਐਕਸ ਹਾਂ ਨਹੀਂ ਉਹ ਸੌਰੀ ਪਿਛਲੇ ਸਵਾਲ ਚ ਐਕਸ ਸੀਪੀ ਨੂੰ ਮੰਨਿਆ ਐਕਸ ਨੂੰ ਤਾਂ ਨਹੀਂ ਤਾਂ ਆਪਾਂ ਮੰਨਦੇ ਹੀ ਨਹੀਂ ਕੁਛ ਹਾਂ ਜੀ ਕੀ ਹੈ ਸਵਾਲ ਚ ਕਿਹਾ ਜੀ ਬਾਈ ਸੈਲਿੰਗ 33 ਆਰਟੀਕਲ ਦਾ ਲਾਸ ਇਨਕਰਡ ਮਤਲਬ ਕਿ 33 ਆਰਟੀਕਲ ਵੇਚੇ ਨੇ ਤਾਂ 33 ਆਰਟੀਕਲ ਦਾ ਲਾਸ ਕਿਦਾਂ ਹੋਗਾ 33 ਐਲ ਲਿਖ ਰਿਹਾ ਮਤਲਬ ਕਿ ਲੈ ਇਹ ਹੋਗਾ 33 CP minus SP loss ਹਮੇਸ਼ਾ ਹੁੰਦਾ ਹੈ CP minus SP ਪ੍ਰੋਫਿਟ ਹਮੇਸ਼ਾ ਹੁੰਦਾ ਐਸਪੀ ਮਾਈਨਸ ਸੀਪੀ ਪ੍ਰੋਫਿਟ ਤਾਂ ਹੀ ਹੋਊਗਾ ਜਦੋਂ ਤੁਹਾਡਾ ਜਿੰਨੇ ਦੇ ਤੁਸੀਂ ਵੇਚਿਆ ਉਹ ਕਾਸਟ ਪ੍ਰਾਈਸ ਤੋਂ ਵੱਧ ਹੋਵੇ ਤਾਂ ਹੀ ਪ੍ਰੋਫਿਟ ਹੋਇਆ ਕਿਹਾ ਗਿਆ ਵੀ 33 ਇਹਨੂੰ ਕਾਮਨ ਲੈ ਲਈਏ ਸੀਪੀ ਮਾਈਨਸ ਐਸਪੀ ਇਹ ਕਿਹਦੇ ਬਰਾਬਰ ਹੈ ਇਹ ਹੈ ਜੀ 11 ਆਰਟੀਕਲ ਦੇ ਐਸਪੀ ਦੇ ਬਰਾਬਰ ਜਾਂ ਨਹੀਂ ਕਿ 11 ਐਸਪੀ ਦੇ ਬਰਾਬਰ ਇਹ 11 ਇਹ ਆਗਾ 3 ਇਹ ਹੋ ਗਿਆ ਜੀ 3 ਸੀਪੀ ਮਾਈਨਸ ਹੋ ਗਿਆ ਜੀ 3 ਐਸਪੀ ਇਹ ਹੋ ਗਿਆ ਜੀ ਐਸਪੀ ਇਹ ਹੋ ਗਿਆ ਜੀ 3 ਸੀਪੀ ਇਹ ਹੋ ਗਿਆ ਜੀ 4 ਐਸਪੀ ਤੇ ਹੋ ਗਿਆ cp sp ਇਹ ਹੋ ਗਿਆ ਜੀ 4 3 ਆ ਦੇਖੋ ਬਣੀ ਗੱਲ ਕਿ ਨਹੀਂ ਹੁਣ ਲਾਸ ਪਰਸੈਂਟੇਜ ਕੱਟਣਾ ਕੀ ਹੁੰਦਾ ਲਾਸ ਪਰਸੈਂਟੇਜ ਜਿਹਨੂੰ ਪਤਾ ਉਹ ਬਹੁਤ ਵਧੀਆ ਗੱਲ ਆ ਜਿਹਨੂੰ ਨਹੀਂ ਪਤਾ ਤਾਂ ਲਿਖਦੇ ਹੁੰਦੇ ਆ cp sp cp 100 ਤੋਂ ਇਹ ਹੋ ਜਾਏਗਾ cp ਕਿੰਨਾ ਹੈ 4 3 4 100 ਤੋਂ ਕਿਸੇ ਕੋ ਵੀ ਪਤਾ ਹੋਗਾ ਇਸਕਾ ਆਨਸਰ ਆ ਜਾਏਗਾ 25 25% प्रतिशत. सबको समझ आ गया कि फिर से मैं। कमल कमलप्रीत सिंह 24 कैसे आया आपका 24 तो ऑप्शन में ही नहीं है <laughs> आ लगी समझ गए कराई दोबारा एक बारी हां माड़ा जो जोर देगी हैगी सिफारिश कोई करिए सवाल दोबारे के नहीं चल जूगा काम ए तो ही ਉਹ ਸੌਰੀ অপਸ਼ਨ ਦੇਖ ਲਿਆ ਤਾਂ ਭੁੱਲੀ ਗਿਆ ਮੈਂ ਮਿੱਚੇ ਵਿਚ ਸਾਹਮਣੇ ਖੜ ਗਿਆ ਮੈਂ ਚੱਲੋ ਫਿਰ ਆਹ ਦੇਖੋ ਸਵਾਲ ਇਹ ਤੁਹਾਨੂੰ ਦੱਸੋ ਕੀ ਹੋਊਗਾ ਇਹਦਾ ਆਨਸਰ ਕੀ ਹੋਊਗਾ ਰਿਪੀਟ ਪਲੀਜ਼ ਬਿਲਕੁਲ ਬਿਲਕੁਲ ਜਰੂਰ ਤਾਂ ਦੇਖੋ ਸਵਾਲ ਚ ਕਿਹਾ ਕਿ ਇਹ ਕਹਿੰਦੇ ਜੀ 33 ਲੱਖਾਂ ਨੂੰ ਵੇਚ ਕੇ ਵਪਾਰੀ ਦੁਆਰਾ ਕੀਤਾ ਗਿਆ ਨੁਕਸਾਨ ਮਤਲਬ ਕਿ 33 ਲੱਖਾਂ ਨੂੰ ਵੇਚਿਆ ਤਾਂ ਨੁਕਸਾਨ ਵੀ 33 ਲੱਖਾਂ ਤੇ ਹੀ ਹੋਊਗਾ ਤਾਂ ਲਾਸ ਦਾ ਫਾਰਮੂਲਾ ਕੀ ਹੁੰਦਾ ਇੱਕ ਚੀਜ਼ ਮੰਨ ਲਓ ਲਾਸ ਹੋ ਗਿਆ ਤਾਂ ਐਸਪੀ ਮਾਈਨਸ ਸੀਪੀ ਸੀਪੀ ਮਾਈਨਸ ਐਸਪੀ ਹੋਊਗਾ ਤਾਂ 33 ਬਾਰੇ ਕੀ ਹੋਊਗਾ 33 ਤੇ ਜੇ ਲਾਸ ਦੀ ਗੱਲ ਹੋਈ ਹੈ ਤਾਂ ਇਹ ਵੀ 33 ਸੀਪੀ ਮਾਈਨਸ 33 ਐਸਪੀ ਹੋਇਆ ਜੀ ਤੇ ਕਿਹਾ ਜੀ ਲਾਸ ਇਕੁਅਲ ਹੈ ਐਸਪੀ 11 ਆਰਟੀਕਲ ਦੇ ਲੋਸ 33 ਆਰਟੀਕਲ ਦਾ ਇਕੁਅਲ ਹੈ 11 ਆਰਟੀਕਲ ਦੇ ਐਸਪੀ ਦੇ ਤਾਂ ਦੇਖੋ 33 ਸੀਪੀ 33 ਐਸਪੀ 11 ਐਸਪੀ ਇਹ ਬਸ ਸੋਲਵ ਕੀਤਾ ਮੈਂ ਤੇ ਸੀਪੀ ਦੀ ਵੈਲਿਊ ਆ ਗਈ 4 ਐਸਪੀ ਦੀ ਵੈਲਿਊ ਆ ਗਈ 3 ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਲੋਸ ਪਰਸੈਂਟੇਜ ਦਾ ਫਾਰਮੂਲਾ ਜੋ ਹੈ ਕਿ ਜੋ ਕੀ ਹੈ ਸੀਪੀ ਐਸਪੀ ਸੀਪੀ 100 ਇਹਨੂੰ ਸੋਲਵ ਕਰੋ ਸਿੱਧਾ-ਸਿੱਧਾ 25% ਤੁਹਾਡਾ ਆਨਸਰ ਆ ਗਿਆ ਹਟਾ ਹੋਰ ਸਲੋ ਕਰੀਏ ਡਿਫਰੈਂਟ ਤਰੀਕੇ ਤੇ ਸਭ ਤੋਂ ਸੌਖਾ ਤਰੀਕਾ ਯਾਰ ਡਿਫਰੈਂਟ ਤਰੀਕੇ ਤੇ ਕਿਉਂ ਵੜ ਰਹੇ ਤੁਸੀਂ ਬਹੁਤ ਸੌਖਾ ਤਰੀਕਾ ਹੈ ਲਾਈਨ ਬਾਈ ਲਾਈਨ ਤਾਂ ਪੜਿਆ ਮੈਂ ਇੱਕ ਵਾਰ ਫੇਰ ਦੇਖੋ ਧਿਆਨ ਨਾਲ ਲਾਈਨ ਬਾਈ ਲਾਈਨ ਪੜਿਆ ਯਾਰ ਮੈਂ ਬਾਇ ਸੈਲਿੰਗ 33 ਆਰਟੀਕਲ ਦਾ ਲਾਸ 33 ਆਰਟੀਕਲ ਦਾ ਲਾਸ ਇਜ਼ ਇਕੁਅਲ ਟੂ ਐਸਪੀ ਆਫ 11 ਇਜ਼ ਇਕੁਅਲ ਟੂ 11 ਐਸਪੀ ਇਹੀ ਤਾਂ ਕੀਤਾ ਇੱਥੇ ਇਹ ਤਾਂ ਸੌਖਾ ਤਰੀਕਾ ਸੌਰੀ ਨਹੀਂ ਹੋ ਸਕਦਾ ਇਹ ਤਾਂ ਸੌਖਾ ਤਰੀਕਾ ਹੀ ਨਹੀਂ ਹੋ ਸਕਦਾ ਚਲੋ ਆ ਦੱਸੋ ਇਹ ਆਇਆ ਕਿਸੇ ਨੂੰ ਕਰਨਾ ਕਿਵੇਂ ਕਰਨਾ ਹੈ ਸਵਾਲ ਨੂੰ ਕਿਸੇ ਨੇ ਕੀਤਾ ਹੋਵੇ ਜੇ ਪਹਿਲਾਂ ਚਲੋ ਐ ਕਰਿਓ ਇਹਦਾ ਇੱਕ ਵਾਰ ਨਾ ਕਰੋ ਕਰਕੇ ਦਿਖਾਓ ਮੈਨੂੰ ਜੇ ਕੋਈ ਟਰਾਈ ਕਰ ਸਕਦਾ ਜੇ ਕੋਈ ਟਰਾਈ ਕਰ ਸਕਦਾ ਇਹਨੂੰ ਕਰਕੇ ਦਿਖਾਓ ਚਲੋ ਆਪਾਂ ਕੱਲ ਦੀ ਕਲਾਸ ਵਿੱਚ ਡਿਸਕਸ ਕਰਾਂਗੇ ਇਹ ਦੇਖੋ ਇਹਨਾਂ ਅ ਸਟੋਰ ਸੈਲਸ ਆਫ ਵਾਚ ਐਟ ਅ ਪ੍ਰੋਫਿਟ ਆਫ 25% ਆਫ ਦਾ ਕਾਸਟ ਅ ਸਟੋਰ ਸੈਲਸ ਆਫ ਵਾਚ 25% ਕਾਸਟ ਤੇ ਉਹਨੂੰ ਸੇਲ ਕਰਦਾ ਹੈ ਤਾਂ ਪਰਸੈਂਟੇਜ ਆਫ ਪ੍ਰੋਫਿਟ ਅਗੇਂਸਟ ਐਸਪੀ ਕੱਢੋ ਕੀ ਹੋਗਾ 22 18 15 ਆ ਸਟੋਰ ਸੇਲਸ ਆ ਵਾਚ ਐਟ ਆ ਪ੍ਰੋਫਿਟ ਆ 25% ਇੱਕ ਸਟੋਰ ਲਾਗਤ ਦੇ 25% ਦੇ ਲਾਭ ਤੇ ਇੱਕ ਘੜੀ ਵੇਚਦਾ ਹੈ ਤਾਂ ਐਸਪੀ ਦੇ ਵਿਰੁੱਧ ਲਾਭ ਦੀ ਪ੍ਰਤੀਸ਼ਤਤਾ ਕਿੰਨੀ ਹੋਗੀ ਕਿੰਨੇ ਵਜੇ ਤੱਕ ਕਲਾਸ ਹੈ ਇਹ ਬਾਜੀ 5-7 ਮਿੰਟ ਹੋਰ ਦੱਸ ਦਾਂਗੇ ਯਾਰ ਐਵੇਂ ਕਦੇ ਕੀਤਾ ਹੀ ਨਹੀਂ ਦੱਸ ਦਿੰਦਾ ਹੁੰਦਾ ਮੈਂ ਆ ਦੱਸੋ ਕੀ ਹੋਊਗਾ ਆ ਸਟੋਰ ਸੇਲਸ ਆ ਵਾਚ ਐਟ ਆ ਪ੍ਰੋਫਿਟ ਆ 25% ਆਫ ਦਾ ਕਾਸਟ ਦੈਨ ਦਾ ਪਰਸੈਂਟੇਜ ਆਫ ਪ੍ਰੋਫਿਟ ਅਗੇਂਸਟ SP B ਆ ਗਿਆ ਸਾਰੰਦਾ ਦੇਖੀ ਹੁਣ B ਆਇਆ ਕਿ ਨਹੀਂ ਦੇਖੀ ਕਿਸ ਨੇ ਕਾਲਾ ਮਾਲਾ ਕੀਤਾ ਕਿ ਨਹੀਂ 25% ਆਫ ਦਾ ਕਾਸਟ ਦੀ ਗੱਲ ਕਰੀ ਆਪਸ ਤੁਸੀਂ 100 ਲੈ ਕੇ ਕਰ ਲਓ ਮੈਂ ਵੈਸੇ 4 ਤੇ 5 ਲੈਂਦਾ ਬਟ ਮੈਨੂੰ ਪਤਾ ਮੇਰੇ ਬੱਚੇ ਨੇ ਜਿਹੜੇ ਮਤਲਬ ਜਿਨ੍ਹਾਂ ਨੂੰ ਪੜਾ ਰਿਹਾ ਉਹਨਾਂ ਨੇ ਪਤਾ ਨਹੀਂ ਹੋਣਾ ਕਈਆਂ ਨੂੰ ਤਾਂ ਜੀ 100 पच्ची परसेंट का प्रॉफिट मतलब ए हो गया ठीक है जी तो परसेंटेज ऑफ प्रॉफिट अगेंस्ट एस पी मतलब कि सी पी ए होगी एस पी ए हो गया तो जी प्रॉफिट परसेंटेज करना आप अगेंस्ट एस पी एस पी एस पी प्रॉफिट की होंगे एस पी माइनस सी पी अपन सी पी इंटू हंडर्ड होंगे बट इतने कहा कि इतने क्या अगेंस्ट एस पी यानी कि सैलिंग प्राइस तो इतने आप एस पी लिख दूंगे बस एस पी की एक सौ पच्ची माइनस सौ बाय एक सौ पच्ची ਇਨਟੂ 100 25 ਚੌਕੇ 25 ਪੰਜੇ ਤਾਂ ਇਹ ਰਹੇਗਾ ਕਿ ਨਾ 25 4 5 5 5 25 ਇਹ ਆ ਗਿਆ 5 ਚੌਕੇ 20 ਯਾਨੀ ਕਿ ਆਨਸਰ ਆ ਗਿਆ 20% ਆਨਸਰ ਆ ਗਿਆ ਬੀ ਆਨਸਰ ਬੀ ਆਇਆ ਬੀ ਕਿਸੇ ਨੇ 25 ਤਾਂ ਨਹੀਂ ਕੀਤਾ ਦਿਖਾਓ ਜਰਾ ਮਾੜਾ ਤੇ ਦੇਖੇ ਤੁਹਾਡੇਆਂ ਤਾਂ ਲੈ ਲੈ ਬੱਲਾ ਬੱਲਾ ਬੱਚਾ ਦਾ ਸਾਰਾ ਹੀ ਕਹਿੰਦੇ ਹਾਂ ਹਾਂ ਫ੍ਰੈਕਸ਼ਨ ਨਾਲ ਕਰਦਾ ਮੈਂ ਤਾਂ ਸਿੱਧਾ ਹੀ ਲਿਖ ਦਾਂ ਨਾ ਫਿਰ 4 ਦੀ ਵੈਲਿਊ 5 ਹੋ ਗਈ ਇਹਨੂੰ ਸੋਲਵ ਕਰੇ ਵੀ ਉਹੀ ਹੁੰਦਾ 25 ਚੌਕੇ 25 ਪੰਜੇ ਗੱਲ ਤਾਂ ਉਹੀ ਹੁੰਦੀ ਹੈ ਇਹ ਜਿਹੜਾ ਬਣਾਉਂਦੇ ਹੁੰਦੇ ਆਪਾਂ ਇਹ ਵੀ ਉਦਾਂ ਹੀ ਹੁੰਦਾ ਕੋਈ ਆਪਾਂ ਨਵੀਂ ਚੀਜ਼ ਆਜਾਤ ਨਹੀਂ ਕਰਦੇ ਜਿਹੜਾ 4:5 ਹੁੰਦਾ ਇਹ ਵੀ ਕਿੱਥੋਂ ਬਣਿਆ 100 ਤੇ 125 ਦਾ ਹੀ ਰੇਸ਼ੋ ਹੋਇਆ ਨਾ ਉਹ ਚਲੋ ਅਗਲਾ ਸਵਾਲ ਆ ਦੱਸੋ ਮਾੜਾ ਲekin ਸੋਹਣਾ ਜਿਹਾ ਸਵਾਲ ਦੇਖੋ ਤੁਹਾਨੂੰ 2 ਮਿੰਟ ਦਵਾਵਾਂਗਾ ਕਿਉਂਕਿ ਸਾਡੇ ਕੋਲ ਟਾਈਮ ਦੀ ਘਾਟ ਹੈ ਸਵਾਲ ਕਰਾਣੇ ਨੇ 1 2 ਹੋਰ ਸ਼ਾਇਦ ਬੱਚੇ ਪਏ ਨੇ ਕਰੋ ਸਾਲ 25% ਤੋਂ ਹੀ ਬਣਿਆ ਜੀ ਹਾਂ ਉਹੀ ਗੱਲ ਨਾ ਯਾਰ ਭਾਵੇਂ 10 ਤੇ 12.5 ਲੈ ਲਓ ਉਹ ਵੀ ਉਹੀ ਗੱਲ ਬਣ ਗਈ ਮਰਜ਼ੀ ਆ ਤੁਹਾਡੀ ਮਤਲਬ 20 ਤੇ 25 ਲੈ ਲਓ ਜਿੱਥੇ ਓਹੋ ਆ ਕਰੋ ਸਾਲ ਯਾਰ ਗਗਨ ਸਰ ਥੋੜਾ ਇੱਕ ਹੁੱਡੀ ਲੈ ਕੇ ਆਏ ਸਾਰਿਆਂ ਨੂੰ ਪਤਾ ਹੋਣਾ ਤੁਸੀਂ ਉਹ ਕਹਿੰਦਾ ਨਹੀਂ ਉਹ ਸ਼ੈਰੀਮਾਨ ਤੇ ਉਹ ਪਰਮੇਸ਼ਵਰ ਨਾਲ ਲੜਾਈ ਹੋਈ ਵੀ ਆ ਜਿਹੜੀ ਲਿਖਾਇਆ ਤੂੰ ਸਾਲਿਆ ਡਰੇਕਾਂ ਐਂ ਵੇਖ ਜੀ ਗੱਲ ਐਨੀਵੇ ਕੰਮ ਕੁੰਮ ਦੀ ਹੈ ਨਹੀਂ ਵਹੀ ਪਕਾਈ ਮਾਰਤੀ ਮੈਂ ਇਧਰ ਧਿਆਨ ਦਿਓ 1 1/2 ਇਹ ਹੈ ਜੀ 1 1/3 ਇਹ ਹੈ ਜੀ 1 1/4 ਹੁਣ ਕਹੇ ਸਰ ਕਿੱਥੇ ਤੱਕ ਜਾਣਾ 1 1/9 99 ਏ ਹੋ ਗਿਆ ਤਾਂ ਹੁਣ ਕੀ ਕੀਤਾ ਕਿ ਇੱਥੇ ਕੋਈ ਇਧਰ ਐਲਸੀਐਮ ਇਹ 2 ਹੋ ਗਿਆ 3/2 ਇੰਟੂ ਮਲਟੀਪਲਾਈ ਕਰੋ 3 ਬੰਦਾ 3 1 4/3 ਇਹਨੂੰ ਕਰੋ 4 ਬੰਦਾ 4 1 5/4 ਇੱਕ ਚੀਜ਼ ਨੋਟਿਸ ਕਰ ਰਹੇ ਹੋ ਤੁਸੀਂ ਇਹ ਕੱਟ ਗਿਆ ਇਹ ਕੱਟ ਗਿਆ ਤਾਂ ਓਬਵੀਜੀ ਗੱਲ ਹੈ ਅੱਗੇ ਇਹ ਵੀ ਕੱਟਦਾ ਜਾਊਗਾ ਐਂਡ 'ਚ ਕੀ ਬਚਿਆ ਐਂਡ 'ਚ ਬਚਿਆ 1000 999 ਤਾਂ ਜੀ ਇਧਰ ਵੀ ਓਬਵੀਜੀ ਗੱਲ 999 998 ਹੀ ਹੋਣਾ ਏ ਵੀ ਕੱਟ ਗਿਆ ਇਹ ਤੋਂ ਪਹਿਲਾਂ ਕੱਟ ਗਿਆ ਹੋਣਾ ਬਚਿਆ ਕੀ ਹੈ ਥੱਲੇ 1000 2 ਆਨਸਰ ਆ ਗਿਆ ਜੀ ਤੁਹਾਡਾ 500 500 ਆਪਸ਼ਨ ਹੀ ਹੈ ਨਹੀਂ ਕੁਝ ਗੜਬੜ ਕਰਤੀ ਆਪਾਂ ਹਮ ਕਿਤੇ ਕੁਝ ਗੜਬੜ ਤਾਂ ਨਹੀਂ ਹੋਗੀ ਧਿਆਨ ਦੇਣ ਦਾ ਹੁਣ ਮੈਨੂੰ ਆਹ ਹੋ ਗਿਆ ਤਾਂ 500 ਆਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ 500 ਆ ਰਿਹਾ ਆਨਸਰ ਆਪਸ਼ਨ ਆਪਸ਼ਨ ਲੈਣ ਦੋ 500 ਆ ਆਨਸਰ ਸਹੀ ਗੱਲ ਹੈ ਯਾਰ 500 ਆ ਰਿਹਾ ਆਪਸ਼ਨ ਚ ਗੜਬੜ ਹੈ 500 500 ਹਜ਼ਾਰ ਕਿਵੇਂ ਆ ਗਿਆ ਚੱਲੀਏ ਚਾ ਲੋ ਅਗਲੇ ਸਵਾਲ ਵੱਲ ਆ ਜੀ ਲਾਸਟ ਸਵਾਲ ਕਰੋ ਸ਼ਾਬਾਸ਼ ਇਹਨੂੰ ਖਿੱਚ ਕੇ ਰੱਖੋ ਕੰਮ ਸਵਾਲ ਕਰੋ ਲਾਸਟ ਦਾਸੀ ਦਿੰਨੇ ਆ ਸਿੱਧੀ ਸਿੱਧੀ ਗੱਲ ਹੈ ਕਹਿੰਦੇ ਇੱਕ ਬੰਦੇ ਤੇ ਇੱਕ ਆਦਮੀ ਨੂੰ ਮਿਲਦੇ 2400 ਰੁਪਏ ਅਮੈਨ ਐਂਡ ਅ ਬாய் ਰਿਸੀਵਡ 2400 ਐਸ ਵੇਜਸ ਫਾਰ 8 ਡੇਸ ਫਾਰ ਦਾ ਵਰਕ ਦੇ ਡਿਡ ਟੂਗੇਦਰ 8 ਦਿਨ ਮਿਹਨਤੇ ਬாய் ਨੇ ਕੰਮ ਕੀਤਾ ਹਾਂ ਗਲਤ ਲਿਖਤੀ ਸੀ 8 ਦਿਨ ਬੰਦੇ ਤੇ ਜਵਾਕ ਤੇ ਬੰਦੇ ਨੇ ਇੱਕ ਕੰਮ ਕੀਤਾ 8 ਦਿਨਾਂ ਲਈ ਮੈਨ ਦੀ ਐਫੀਸ਼ੀਐਂਸੀ ਕਹੀਏ 3 ਟਾਈਮਸ ਆਫ ਦਾ ਬாய் ਬாய் ਦੀ ਐਫੀਸ਼ੀਐਂਸੀ ਲੈ ਲਓ ਇੱਕ ਮੈਨ ਦੀ ਐਫੀਸ਼ੀਐਂਸੀ ਲੈ ਲਓ 3 ਤਾਂ ਸਿੱਧੀ ਜੀ ਗੱਲ ਹੈ ਮੈਨ 2 ਬாய் ਦੀ ਐਫੀਸ਼ੀਐਂਸੀ ਦੀ ਰੇਸ਼ੋ ਕਿੰਨੀ ਆ ਗਈ 3 2 ਆਏਗੀ ਕੀ ਹੋਰ ਵੀ ਕੁਝ ਆਉਗੀ ਜੇ ਹੁਣ 3:1 ਆ ਗਈ ਮੈਂ ਕਿਵੇਂ ਕਿਹਾ ਤੁਸੀਂ ਪੈਸੇ ਕਿਵੇਂ ਡਿਵਾਈਡ ਕਰਨੇ ਆ ਬॉय ਦੀ ਕੱਢਣੀ ਆ 1 ਟੋਟਲ ਕਿੰਨੇ ਆ 4 ਤੇ ਪੈਸੇ ਕਿੰਨੇ ਨੇ 2400 ਬਟ ਕਿਹਾ ਕੀ ਇਹ ਸਵਾਲ ਤੇ ਕਿਹੜਾ ਧਿਆਨ ਦੇਣਾ ਡੇਲੀ ਵੇਜਸ ਕਿੰਨੇ ਦਿਨ ਕੰਮ ਕੀਤਾ 8 ਦਿਨ ਕੰਮ ਕੀਤਾ ਆ ਲਓ ਤੁਹਾਡੇ ਲਈ 4602400 248 ਆ ਗਿਆ ਜੀ 75 ਆ ਗਿਆ ਆਨਸਰ ਤੁਹਾਡਾ ਬਹੁਤ ਸਿੰਪਲ ਜਿਹਾ ਸਵਾਲ ₹75 ਹੋਇਆ ਗਿਆ ਬੋਏ ਦਾ ਇੱਕ ਦਿਨ ਦਾ ਤੇ ਮੈਨ ਦਾ ਆਬਵੀਅਸਲੀ ਤਿੰਨ ਗੁਣਾ ਦਾ ਤਿੰਨ ਗੁਣਾ ਮਤਲਬ 75 ਤੋਂ 150 175 225 ਰੁਪਏ ਮਿਲੂਗਾ ਮੈਨ ਨੂੰ ਠੀਕ ਹੈ ਜੀ ਆਨਸਰ ਚਲੋ ਬਹੁਤ ਵਧੀਆ ਗੱਲ ਹੈ ਤੇ ਜੀ ਹੁਣ ਵੀ ਜੇ ਕਿਸੇ ਨੇ ਪੀ ਟ੍ਰਿਪਲ ਐਸ ਵੀ ਕਲਾਗ ਦਾ ਬੈਚ ਬਾਈ ਨਹੀਂ ਕੀਤਾ ਮਤਲਬ ਜੇ ਕੋਈ ਕਰਨਾ ਚਾਹੁੰਦਾ ਫਿਰ ਮੈਨੂੰ ਕਹਿਣਗੇ ਸਰ ਡਿਫਰੈਂਸ ਹੁੰਦਾ ਇਹ ਹੁੰਦਾ ਉਹ ਹੁੰਦਾ ਜੇ ਕੋਈ ਕਰਨਾ ਚਾਹੁੰਦਾ ਕਿਉਂਕਿ ਕਰਦੇ ਆ ਬੱਚੇ ਕਈਆਂ ਨੇ ਕੀਤਾ ਹੋਇਆ 100 ਪਲੱਸ ਬੱਚਾ ਹੈ ਸਾਡੇ ਕੋਲ ਤਾਂ ਜੀ ਜੇ ਕੋਈ ਕਰਨਾ ਚਾਹੁੰਦਾ ਤਾਂ ਇਹ ਇੱਕ ਏ ਯੂਜ਼ ਕਰ ਸਕਦਾ ਕੋਡ Y383 Y383 ਇਹ ਲਾਗੇ ਤੁਹਾਨੂੰ ਐਕਸਟਰਾ ਡਿਸਕਾਊਂਟ ਮਿਲਦਾ ਤੇ ਤੁਹਾਨੂੰ ਪੈਗ ਮਿਲ ਜਾਊਗਾ 1800 40 ਦਾ ਠੀਕ ਹੈ ਜੀ ਚੋਇਸ ਇਜ਼ ਯੋਰਸ ਤੇ ਇੱਕ ਮੈਂ ਕਹਿੰਨਾ ਪ੍ਰੇਫਰ ਕਰਨਾ ਵੀਰੇ ਟੈਸਟ ਸੀਰੀਜ਼ ਤਾਂ ਦੇਖੋ ਲੈ ਲਓ ਟੈਸਟ ਸੀਰੀਜ਼ ਜਿੰਨੇ ਤਿਆਰੀ ਫੱਟੇ ਚੱਕੇ ਹੋਏ ਆ ਉਹ ਜਿਹੜਾ ਕਰਨਾ ਚਾਹਦਾ ਉਹ ਤਾਂ ਕਰ ਹੀ ਕਰੇ ਜਿਹੜਾ ਜਿਹਦੀ ਤਿਆਰੀ ਘਟਾ ਉਹ ਵੀ ਕਰ ਹੀ ਕਰੇ ਤੇ ਜਿਨ੍ਹਾਂ ਨੇ ਕੋਰਸ ਭਾਵੇਂ ਲੈਣਾ ਨਹੀਂ ਲੈਣਾ ਮੈਂ ਪ੍ਰੇਫਰ ਕਰਾਂਗਾ ਇੱਕ ਚੀਜ਼ ਟੈਸਟ ਸੀਰੀਜ਼ ਜ਼ਰੂਰ ਲਓ ਕਿਉਂਕਿ ਤੁਹਾਡੀ ਪੇਪਰ ਦੀ ਜਿਹੜੀ ਐਕਸਪੀਰੀਅੰਸ ਹੈ ਪੇਪਰ ਵਿੱਚ ਕਿਵੇਂ ਦੇ ਸਵਾਲ ਆਣਗੇ ਉਹ ਇੱਧਰ ਹੀ ਹੋਊਗਾ ਅਪਰੋਕਸੀਮੇਟ 10 ਟੈਸਟ ਨੇ ਇਹ ਤੁਹਾਨੂੰ ਪਏ ਪਊਗਾ ਯਾਰ 250 ਦੇ ਅਰਾਊਂਡ ਪਊਗਾ ਮੈਨੂੰ ਐਗਜ਼ੈਕਟ ਕਾਊਂਟ ਯਾਦ ਨਹੀਂ 250 ਦੇ ਅਰਾਊਂਡ ਪਊਗਾ ਆਫਟਰ ਡਿਸਕਾਊਂਟ ਤੇ ਡਿਸਕਾਊਂਟ ਕਿੱਦਾਂ ਮਿਲੂਗਾ Y383 Y383 ਇਹ ਮੈਂ ਕਹਿੰਨਾ ਇਹ ਚੀਜ਼ ਤੁਸੀਂ ਬਾਏ ਕਰੋ ਤੇ ਬਾਕੀ ਆਪਾਂ ਮਿਲਦੇ ਆਂ ਕੱਲ ਕਿੰਨੇ ਵਜੇ 8 ਵਜੇ ਕਰੰਟ ਅਫੇਅਰ ਟੌਪ 1000 ਕੁਐਸਚਨ ਦੀ ਸੀਰੀਜ਼ ਚਲਾਈ ਹੋਈ ਆਪਾਂ ਕਿੰਨਾ ਆਪਾਂ 242 ਪਤਾ ਨਹੀਂ ਕਿੰਨਾ ਦੋਤਾ 100 ਕੁਐਸਚਨ ਹੋ ਗਿਆ ਤੇ ਐਂ ਆਪਾਂ ਰੋਜ਼ ਕਰਦੇ ਕਰਦੇ 1000 ਕੁਐਸਚਨ ਨਿਬੇੜ ਦੇਣਾ ਉਹ ਰਿਵਾਈਜ਼ ਕਰਕੇ ਜਾਓ ਤੁਹਾਡੇ ਮੈਂ ਕਹਿੰਦਾ 80 ਤੋਂ 90% ਨੰਬਰ ਪੱਕੇ ਤੇ ਮਿਲ ਜائیں ਕੱਲ ਸਤਿ ਸ਼੍ਰੀ ਅਕਾਲ ਸਾਰੇ ਨੂੰ 올 ਦਾ ਬੈਸਟ ਚੱਕ ਦੋ ਫਟੇ ਬਾਕੀ ਬਸ ਧਿਆਨ ਰੱਖੇ ਪੜ੍ਹਾਈ ਕਰੋ YouTube ਤੇ ਕਰੋ ਪੇਡ ਬੈਚ ਕਰੋ ਸਾਡੇ ਚੈਨਲ ਤੋਂ ਕਰੋ ਕਿਸੇ ਹੋਰ ਦੇ ਚੈਨਲ ਤੋਂ ਕਰੋ ਕਿਸੇ ਇੰਸਟੀਟਿਊਟ ਅਕੈਡਮੀ ਕੋਲ ਜਾ ਕੇ ਕਰੋ ਬਟ ਤਿਆਰੀ ਕਰੋ ਖਿੱਚ ਕੇ ਕਰੋ ਚਲੋ ਜੀ 올 ਦਾ ਬੈਸਟ